ਸਟਾਰਟ ਕਰਦਾ ਟੀਵੀ ਦੇ ਸਾਰੇ ਵਿਊਅਰਸ ਨੂੰ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਟੂਡੀਓ ਦੇ ਵਿੱਚ ਸ਼ੂਟ ਨਹੀਂ ਕਰ ਰਹੇ ਕਿਉਂਕਿ ਅੱਜ ਅਸੀਂ ਪਹੁੰਚ ਚੁੱਕੇ ਹਾਂ ਐਡਮਿੰਟਨ ਸ਼ਹਿਰ ਦੇ ਵਿੱਚ ਇੱਕ ਸੁਸਾਇਟੀ ਜਿਸ ਦਾ ਨਾਮ ਹੈ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ। ਅਤੇ ਮੈਂ ਥੋੜ੍ਹਾ ਜਿਹਾ ਅੰਦਰ ਜਾਣ ਤੋਂ ਪਹਿਲਾਂ ਇਸ ਸੁਸਾਇਟੀ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਇਹ 1983 ਦੇ ਵਿੱਚ ਬਣੀ ਸੀਗੀ ਸੁਸਾਇਟੀ। ਆਪਣੇ ਕੁਝ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪਣਾ ਸਮਾਂ ਕੱਢ ਕੇ ਆਪਣਾ ਵਿਚਾਰ ਕਰਕੇ ਸੁਸਾਇਟੀ ਬਣਾਈ ਸੀ। ਇਹਦੇ ਵਿੱਚ ਜਿਹੜੇ ਆਪਣੇ ਬਜ਼ੁਰਗ ਲੋਕ ਨੇ ਉਹ ਆ ਕੇ ਆਪਣਾ ਟਾਈਮ ਸਪੈਂਡ ਕਰਦੇ ਨੇ ਅਤੇ ਹੋਰ ਵੀ ਉਹਦੇ ਨਾਲ ਨਾਲ ਬਹੁਤ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਨੇ। ਸੋ ਬਾਕੀ ਦੀ ਇਨਫੋਰਮੇਸ਼ਨ ਅਸੀਂ ਅੰਦਰ ਜਾ ਕੇ ਦੇਖਦੇ ਹਾਂ ਕਿ ਕਿੱਦਾਂ ਕਿੱਦਾਂ ਦੀਆਂ ਫੈਸਿਲਿਟੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸੋ ਲੈਟਸ ਗੋ ਇਨਸਾਈਡ। ਸੋ ਹੁਣ ਜੀ ਅਸੀਂ ਇਸ ਬਿਲਡਿੰਗ ਦੇ ਅੰਦਰ ਪਹੁੰਚ ਚੁੱਕੇ ਹਾਂ ਅਤੇ ਆਪਾਂ ਦੇਖ ਸਕਦੇ ਹਾਂ ਕਿ ਮੇਰੇ ਬੈਕ ਸਾਈਡ 'ਤੇ ਇਹ ਸਾਰੇ ਜਾਣੇ ਬਹੁਤ ਵਧੀਆ ਮੈਸੇਜਿਸ ਲੈ ਕੇ ਖੜ੍ਹੇ ਹੋਏ ਨੇ ਐਂਡ ਉਹ ਇੱਦਾਂ ਦੇ ਪ੍ਰੈਕਟੀਕਲ ਮੈਸੇਜਿਸ ਨੇ ਜਿਹੜੇ ਕਿ ਸਾਨੂੰ ਆਪਣੇ ਰੋਜ਼ ਦੀ ਲਾਈਫ 'ਚ ਸਾਨੂੰ ਯੂਜ਼ ਕਰਨੇ ਚਾਹੀਦੇ ਨੇ। ਬੈਡ ਈਟਿੰਗ ਲੀਡਸ ਟੂ ਓਬੈਸਿਟੀ, ਆਪਣੇ ਖਾਣ ਪੀਣ ਵੱਲ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਸੇ ਨੋ ਟੂ ਡਰੱਗਸ। ਸੋ ਇੱਦਾਂ ਦੇ ਬਹੁਤ ਸਾਰੇ ਮੈਸੇਜ ਤੁਸੀਂ ਮੇਰੀ ਬੈਕ ਸਾਈਡ 'ਤੇ ਦੇਖ ਸਕਦੇ ਹੋ ਜੋ ਕਿ ਬਹੁਤ ਵਧੀਆ ਲੱਗਦਾ ਕਿ ਅਸੀਂ ਇਹਨਾਂ ਨੂੰ ਪ੍ਰਮੋਟ ਕਰਦੇ ਹਾਂ ਅਤੇ ਸਾਡੀ ਕਮਿਊਨਿਟੀ ਤੱਕ ਵਧੀਆ ਮੈਸੇਜ ਪਹੁੰਚਦਾ ਐਂਡ ਆਈ ਹੋਪ ਕਿ ਇਹ ਸਾਰੇ ਬਹੁਤ ਵਧੀਆ ਸਕਿੱਲ ਕਰਦੇ ਨੇ ਐਂਡ ਇਹ ਸਾਰੇ ਖੁਦ ਵੀ ਇਹਨਾਂ ਚੀਜ਼ਾਂ 'ਤੇ ਅਮਲ ਕਰਦੇ ਨੇ। ਸੋ ਇਹ ਬਹੁਤ ਵਧੀਆ ਲੱਗਦਾ। ਬਾਕੀ ਵੀ ਅਸੀਂ ਹੋਰ ਫੈਸਿਲਿਟੀਜ਼ ਅੰਦਰ ਜਾ ਕੇ ਦੇਖਦੇ ਹਾਂ ਕਿ ਹੋਰ ਕੀ ਸੁਸਾਇਟੀ ਵਿੱਚ ਕੀਤਾ ਜਾਂਦਾ ਹੈ। ਜਿੱਦਾਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸੁਸਾਇਟੀ ਦੇ ਅੰਦਰ ਪਹੁੰਚ ਚੁੱਕੇ ਹਾਂ ਅਤੇ ਮੇਰੇ ਬੈਕਗਰਾਊਂਡ 'ਤੇ ਇਸ ਟਾਈਮ 'ਤੇ ਬਹੁਤ ਸਾਰੇ ਮੈਂਬਰਸ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਅਤੇ ਆਪਾਂ ਇਹਨਾਂ ਸਾਰਿਆਂ ਨਾਲ ਹਾਸਾ ਮਖੌਲ ਥੋੜ੍ਹੀ ਬਹੁਤੀ ਗੱਲਾਂ ਕਰਾਂਗੇ ਕਿ ਇਹਨਾਂ ਨੂੰ ਇੱਥੇ ਟਾਈਮ ਸਪੈਂਡ ਕਰਕੇ ਕਿੱਦਾਂ ਦਾ ਫੀਲ ਹੁੰਦਾ ਅਤੇ ਕੀ ਐਕਟੀਵਿਟੀਜ਼ ਉਹ ਕਰਦੇ ਨੇ, ਉਹਨਾਂ ਦੇ ਸ਼ੌਂਕ, ਉਹਨਾਂ ਦੇ ਬੈਕਗਰਾਊਂਡ ਬਾਰੇ। ਠੀਕ ਆ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਰਮ ਸਿੰਘ। ਅਤੇ ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਤੁਸੀਂ ਇੱਥੇ ਕਦੋਂ ਆਏ ਸੀ? ਹੁਸ਼ਿਆਰਪੁਰ ਜ਼ਿਲ੍ਹਾ। ਠੀਕ ਆ ਜੀ, ਤੁਸੀਂ ਕਦੋਂ ਆਏ ਸੀ ਇੱਥੇ? ਅਸੀਂ ਆਏ 85 'ਚ। ਠੀਕ ਆ ਜੀ, ਸੋ ਤੁਹਾਨੂੰ ਕਾਫੀ ਟਾਈਮ ਹੋ ਗਿਆ ਇੱਥੇ ਆਇਆ ਨੂੰ, ਤੇ ਤੁਸੀਂ ਕਿੰਨੇ ਟਾਈਮ ਤੋਂ ਇਸ ਸੋਸਾਇਟੀ ਦੇ ਨਾਲ ਤੁਸੀਂ ਅਟੈਚ ਹੋ? 20 ਸਾਲ ਹੋ ਗਏ। 20 ਸਾਲ ਹੋ ਗਏ, ਸੋ ਦੈਟਸ ਅ ਲੌਂਗ ਟਾਈਮ। ਤੇ ਤੁਹਾਡੇ ਕੀ ਕੀ ਸ਼ੌਂਕ ਨੇ, ਤੁਸੀਂ ਸਾਨੂੰ ਕੁਝ ਕਰਕੇ ਦਿਖਾਉਣਾ ਚਾਹੁੰਦੇ? ਕੋਈ ਜਵਾਨੀ ਬਾਰੇ ਕੁਸ਼ਤੀਆਂ ਕਰਦਾ ਸੀ। ਅੱਛਾ ਜੀ, ਗੱਤਕਾ ਵੀ ਖੇਡਦਾ, 47 ਦੀ ਗੱਤਕਾ ਸਿੱਖਿਆ ਵਾ। ਹਾਂਜੀ, ਦੈਟਸ ਗ੍ਰੇਟ। ਬਾਅਦ ਕੁਸ਼ਤੀਆਂ ਕੀਤੀਆਂ ਇੱਥੇ ਆਣ ਕੇ, ਫਿਰ ਗੱਤਕਾ ਖੇਡਦੀ ਆ। ਠੀਕ ਆ ਜੀ, ਸੋ ਤੁਸੀਂ ਸਾਨੂੰ ਆਈ ਥਿੰਕ ਗੱਤਕਾ ਕਰਕੇ ਦਿਖਾਉਣਾ ਚਾਹੁੰਦੇ ਹੋ ਥੋੜਾ ਜਿਹਾ? ਹਾਂ, ਕਰੂੰਗਾ। ਲਓ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਮੈਨੂੰ। ਤੁਸੀਂ ਇਸ ਏਜ ਵਿੱਚ ਵੀ ਆ ਕੇ ਆਪਣੇ ਆਪ ਨੂੰ ਫਿਜ਼ੀਕਲੀ ਫਿੱਟ ਰੱਖਿਆ ਹੋਇਆ। ਮੈਨੂੰ ਵੀ ਬਹੁਤ ਸ਼ੌਂਕ ਆ, ਮੈਂ ਹਮੇਸ਼ਾ ਦਿਲ ਕਰਦਾ ਨਾ ਖੇਲ। ਹਾਂਜੀ ਹਾਂਜੀ, ਬਾਡੀ ਜਿੰਨੀ ਐਕਟਿਵ ਰਹਿੰਦੀ ਹੈ ਉਨੀ ਵਧੀਆ ਰਹਿੰਦੀ ਹੈ। ਮੈਂ ਦੇਖ ਵੀ ਸਕਦੀ ਕਿ ਤੁਸੀਂ ਇੱਥੇ ਲਗਾਇਆ ਹੋਇਆ ਕਿ ਏਜਿੰਗ ਗ੍ਰੇਸਫੁਲੀ ਵਿਦ ਡਿਗਨਿਟੀ ਐਂਡ ਫਨ, ਕਿ ਫਨ ਕਰਨ ਦੀ ਐਂਟਰਟੇਨਮੈਂਟ ਦੀ ਕੋਈ ਜ਼ਿੰਦਗੀ 'ਚ ਕੋਈ ਟਾਈਮ ਨਹੀਂ ਹੁੰਦਾ, ਭਾਵੇਂ ਤੁਸੀਂ ਬੱਚੇ ਹੋ, ਚਾਹੇ ਤੁਸੀਂ ਜਵਾਨ ਹੋ ਜਾਂ ਤੁਸੀਂ ਸੀਨੀਅਰ ਏਜ 'ਚ ਪਹੁੰਚ ਚੁੱਕੇ ਹੋ। ਤੁਸੀਂ ਜਿੰਨਾ ਆਪਣੀ ਲਾਈਫ 'ਚ ਫਨ ਕਰੋਗੇ ਉਨੀ ਤੁਹਾਡੀ ਲਾਈਫ ਹੋਰ ਵਧੀਆ ਰਹੂਗੀ। ਇੱਕ ਜ਼ਿੰਦਗੀ ਆ ਜਿੰਨੀ ਵਧੀਆ ਆਪਾਂ ਜੀ ਸਕਦੇ ਹਾਂ, ਜੀਣੀ ਚਾਹੀਦੀ। ਮੈਂ ਚਾਹੁੰਦੀ ਕਿ ਜਿਹੜਾ ਤੁਸੀਂ ਹੁਣ ਗੱਤਕਾ ਦੇਖਿਆ, ਇਹਨਾਂ ਦੀ ਉਮਰ 91 ਆ, 91 ਸਾਲ, ਕਹਿਣ ਨੂੰ ਸੌਖੇ ਹੁੰਦੇ, ਬਟ ਇਸ ਏਜ ਵਿੱਚ ਆ ਕੇ ਤੁਸੀਂ ਇੰਨੇ ਫਿੱਟ ਰਹਿੰਦੇ, ਇੰਨੀ ਵਧੀਆ ਤਰੀਕੇ ਨਾਲ ਗੱਤਕਾ ਕਰਦੇ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਅਸੀਂ ਅਗਲੇ ਮੈਂਬਰ ਨਾਲ ਗੱਲ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰ ਹੈ ਜੀ, ਰੱਬ ਦਾ ਬਹੁਤ ਵਧੀਆ। ਬਹੁਤ ਵਧੀਆ ਜੀ, ਤੁਹਾਡਾ ਕੀ ਨਾਮ ਆ, ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ? ਆਖਰ ਸਿੰਘ ਰੰਧਾਵਾ, ਜ਼ਿਲ੍ਹਾ ਜਲੰਧਰ, ਪਿੰਡ ਰੰਧਾਵਾ। ਠੀਕ ਹੈ ਜੀ, ਤੇ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਆਏ? ਮੈਂ ਇੱਥੇ ਜੀ ਆਏ ਨੂੰ 19 ਸਾਲ ਹੋ ਗਏ ਮੈਨੂੰ। ਠੀਕ ਹੈ ਜੀ। ਸੋ ਤੁਸੀਂ ਅੱਜ ਕੀ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਸੁਸਾਇਟੀ ਬਾਰੇ? ਜੋ ਮੇਰੇ ਕੋਲ ਗੋਣ ਮਾਲਕ ਨੇ ਮੈਨੂੰ ਬਖਸ਼ਿਆ ਮੈਂ ਉਹ ਕਰੂੰਗਾ ਪੇਸ਼, ਕਿ ਮੈਂ ਧਾਰਮਿਕ ਕਵਿਤਾ ਦਾ ਸ਼ੌਕ ਹੈ ਮੈਨੂੰ। ਅੱਛਾ ਜੀ, ਉਹ ਮੈਂ ਗਾਉਂਗਾ ਜ਼ਰੂਰ। ਸਭ ਤੋਂ ਪਹਿਲਾਂ ਮੈਂ ਕਨੇਡਾ ਨੂੰ ਵਧਾਈਆਂ ਦਿੰਦਾ ਕਿ ਸੱਚੇ ਪਾਤਸ਼ਾਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੀਏ, ਕਿ ਜਿਹੜਾ ਇੰਨੇ ਸੋਹਣੇ ਮੁਲਕ ਵਿੱਚ ਰਹਿ ਰਹੇ ਹੈ। ਤੋ ਮੇਰੀ ਕਵਿਤਾ ਹੈ, ਦਾਤੇ ਨੂੰ ਤੇ ਚਾਉ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨਹੀਂ ਖਿਆਲ ਰਹਿੰਦਾ ਚੋਲੀਆਂ ਫੈਲਾਉਣ ਦਾ, ਚੋਲੀਆਂ ਫੈਲਾਉਣ ਦਾ। ਤੂੰ ਹੀ ਦਾਤਾ ਮਿਹਰਬਾਨ, ਸਵੇ ਦਾਤਾਂ ਵਰਤਾ ਰਿਹਾ,
ਜਿਸ ਨੇ ਜਾਣ ਲਿਆ ਉਹਨੇ ਸੁੱਖ ਪਾ ਲਿਆ, ਤੇਰੀਆਂ ਹੀ ਕੁਦਰਤਾਂ ਨੂੰ ਤੂੰ ਹੀ ਦਾਤਾ ਜਾਣਦਾ, ਸਾਨੂੰ ਨਹੀਂ ਖਿਆਲ ਰਹਿੰਦਾ ਚੋਲੀਆਂ ਫੈਲਾਉਣ ਦਾ, ਕਰ ਕਿਤੇ ਮਿਹਰ ਬਾਬਾ ਮਿਹਰਾਂ ਦਿਆ ਮਾਲਕਾ, ਸਮਝ ਲਵੀਂ ਗਰੀਬ ਬੰਦਾ ਤੇਰਾ ਹੀ ਬਾਲਕਾ, ਦਿੱਤੀਆਂ ਦਾਤਾਂ ਤੇਰੀਆਂ ਸਭੇ ਇਹ ਬੰਦਾ ਸੁੱਖ ਮਾਣਦਾ, ਸਾਨੂੰ ਨਹੀਂ ਖਿਆਲ ਰਹਿੰਦਾ ਚੋਲੀਆਂ ਫੈਲਾਉਣ ਦਾ, ਚੋਲੀਆਂ ਫੈਲਾਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਥੈਂਕ ਯੂ, ਬਹੁਤ ਵਧੀਆ ਲੱਗਿਆ ਸੁਣ ਕੇ, ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ। ਮੇਰਾ ਜ਼ਿੰਦਗੀ ਦਾ ਸ਼ੌਕ ਹੈ, ਮੈਂ ਪੂਰਾ ਕਰਕੇ ਜਾਂਦਾ। ਤੁਸੀਂ ਪਹਿਲਾਂ ਗਾਉਂਦੇ ਹੁੰਦੇ ਸੀ? ਹਾਂਜੀ, ਮੈਂ ਪਿੱਛੋਂ ਬਚਪਨ ਤੋਂ ਗਾਉਂਦਾ ਆਇਆ ਜੀ, ਮੈਂ ਸਕੂਲ ਟਾਈਮ ਤੋਂ ਗਾਉਂਦਾ ਆਇਆ, ਉਹ ਮੇਰੇ ਨਾਲ ਹੀ ਜੁੜਿਆ, ਹਾਲੇ ਤੱਕ ਛੱਡਦਾ ਨਹੀਂ ਮੈਨੂੰ। ਹਾਂਜੀ, ਤੁਹਾਡੀ ਆਵਾਜ਼ ਸੁਣਦਾ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਜੀ, ਧੰਨਵਾਦ ਜੀ। ਸੋ ਇਸ ਟਾਈਮ 'ਤੇ ਮੈਨੂੰ ਇਹਨਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਕਿ ਇਸ ਏਜ ਦੇ ਵਿੱਚ ਵੀ ਆ ਕੇ ਇਹਨਾਂ ਸਾਰਿਆਂ ਦੇ ਵਿੱਚ ਕਿੰਨਾ ਟੈਲੈਂਟ ਭਰਿਆ ਹੋਇਆ ਅਤੇ ਕਿੰਨਾ ਉਹ ਲਾਈਫ ਨੂੰ ਫਨ ਅਤੇ ਇੰਜੋਏ ਕਰਦੇ ਨੇ, ਜੋ ਕਿ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਨੇ। ਸੋ ਆਪਾਂ ਤੁਹਾਡੇ ਨਾਲ ਹੁਣ ਗੱਲਬਾਤ ਕਰਦੇ ਹਾਂ ਜੀ, ਕੀ ਹਾਲ ਚਾਲ ਜੀ ਤੁਹਾਡਾ? ਠੀਕ ਹੈ ਜੀ, ਬਹੁਤ ਵਧੀਆ। ਬਾਹਰ ਮੌਸਮ ਬਹੁਤ ਸੋਹਣਾ ਲੱਗ ਰਿਹਾ ਅਤੇ ਦਿਨ ਬਹੁਤ ਸੋਹਣਾ। ਗੁੱਡ ਹੈ ਜੀ। ਤੁਹਾਡਾ ਕੀ ਨਾਮ ਹੈ ਜੀ ਤੁਸੀਂ ਅੱਜ? ਮੇਰਾ ਨਾਮ ਹਰਮਿੰਦਰ ਸਿੰਘ ਪਤਲਾ। ਅੱਛਾ ਜੀ। ਪਿੰਡ ਜੜਾ ਹਾਂ, ਜ਼ਿਲ੍ਹਾ ਲੁਧਿਆਣਾ। ਠੀਕ ਹੈ ਜੀ, ਅਤੇ ਤੁਸੀਂ ਕਾਫੀ ਟਾਈਮ ਤੋਂ ਇੱਥੇ ਆਏ ਹੋਵੋਗੇ? ਨਹੀਂ ਜੀ, ਮੈਂ 11 ਤੋਂ ਆਇਆ। ਠੀਕ ਹੈ ਜੀ। ਐਡਮਿੰਟਨ ਦੇ ਵਿੱਚ 14। ਠੀਕ ਹੈ ਜੀ, ਐਡਮਿੰਟਨ 'ਚ ਤੁਸੀਂ ਫਿਰ ਵੀ 5-6 ਸਾਲ ਤੁਹਾਡੇ ਹੋ ਚੁੱਕੇ ਨੇ, ਅਤੇ ਤੁਸੀਂ ਅੱਜ ਸਾਨੂੰ ਕੀ ਆਪਣਾ ਟੈਲੈਂਟ ਸ਼ੋਅ ਕਰਨਾ ਚਾਹੁੰਦੇ, ਕੀ ਤੁਸੀਂ ਸਾਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ? ਬਸ ਮੈਨੂੰ ਥੋੜ੍ਹਾ ਇਹੀ ਸ਼ੌਂਕ ਇੱਥੇ ਆ ਕੇ ਹੀ ਹੋਇਆ, ਹਾਂ ਸ਼ੇਰ ਵਗੈਰਾ ਗਾਉਣ ਦਾ, ਹੋਰ ਮੈਨੂੰ ਕੋਈ ਸ਼ੌਂਕ ਨਹੀਂ, ਟਰੱਕ ਚਲਾਇਆ ਉੱਥੇ ਤਾਂ। ਠੀਕ ਹੈ, ਇਹੀ ਸ਼ੌਂਕ ਸੀ। ਹਾਂਜੀ, ਤੁਸੀਂ ਸ਼ੇਰ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ? ਹਾਂਜੀ ਹਾਂਜੀ। ਬਾਜੋ ਮਿਹਨਤ ਤਾਂ ਕਦੇ ਨਾ ਰਿਜਕ ਮਿਲਦੇ, ਸੁੰਨੇ ਖੇਤ ਨਾ ਹੁੰਦੇ ਖੁਸ਼ਹਾਲ ਆਪੇ, ਗੱਡੀ ਚੱਲਦੀ ਨਾ ਬਿਨਾਂ ਡਰਾਈਵਰ ਦੇ, ਮੱਛੀਆਂ ਫੜਦੇ ਨਾ ਵੇਖੇ ਯਾਲ ਆਪੇ, ਹਿੰਮਤ ਰੱਖਦੇ ਹੁਣ ਤੁਰਨ ਦੀ ਪੈਰ ਜਿਹੜੇ, ਉਹ ਰਸਤਾ ਮੰਜ਼ਿਲ ਦਾ ਲੈਂਦੇ ਨੇ ਪਾਲ ਆਪੇ, ਰਾਂਝੇ ਚੌਕ ਚਾਕ ਤੋਂ ਜਦੋਂ ਬਣ ਜੂ ਚੌਧਰੀ, ਫਿਰ ਰਿਸ਼ਤਾ ਹੀਰ ਦਾ ਦੇਣਗੇ ਸਿਆਲ ਆਪੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਬਹੁਤ ਵਧੀਆ ਸ਼ੇਅਰ ਸੁਣਾਇਆ, ਅਤੇ ਥੈਂਕ ਯੂ ਸੋ ਮਚ। ਹਾਂਜੀ, ਸੋ ਮੇਰੇ ਨਾਲ ਹੁਣ ਅਨਦਰ ਮੈਂਬਰ ਆਫ ਦਾ ਸੁਸਾਇਟੀ, ਭਰਪੂਰ ਸਿੰਘ ਗਰੇਵਾਲ ਜੀ। ਸੋ ਭਰਪੂਰ ਸਿੰਘ ਜੀ, ਤੁਸੀਂ ਕਦੋਂ ਇੱਥੇ ਆਏ ਸੀ ਐਂਡ ਕੀ ਤੁਸੀਂ ਇੱਥੇ ਕੇ ਕੰਮ ਵੀ ਕੀਤੇ ਹੋਏ ਨੇ? ਮੈਂ ਅੱਜ ਤੋਂ 30 ਸਾਲ ਪਹਿਲਾਂ ਕੈਨੇਡਾ 'ਚ ਆਇਆ ਸੀ, ਪਰ ਇੱਥੇ ਮੈਨੂੰ ਐਡਮਿੰਟਨ 'ਚ ਆਏ ਨੂੰ 15 ਸਾਲ ਹੋ ਗਏ ਹੈ। ਕੰਮ ਤਾਂ ਉਮਰ ਦੇ ਹਿਸਾਬ ਦੇ ਨਾਲ ਮੈਂ ਇੱਥੇ ਆ ਕੇ ਕੋਈ ਨਹੀਂ ਕੀਤਾ, ਬਸ ਸਭ ਤੋਂ ਬੜਾ ਵੱਡਾ ਕੰਮ ਇਹੀ ਸੀ ਕਿ ਸਵੇਰੇ ਉੱਠਣਾ, ਤਿਆਰ ਹੋਣਾ, ਔਰ ਲੰਗਰ ਪਾਣੀ ਛੱਕ ਕੇ ਅਤੇ ਸੁਸਾਇਟੀ ਆ ਜਾਈਦੀ ਹੈ। ਸੁਸਾਇਟੀ ਦੀ ਇੱਥੇ ਇੰਨੀ ਲਗਨ ਹੋ ਗਈ ਹੈ, ਜੇ ਅਸੀਂ ਸੁਸਾਇਟੀ ਨੂੰ ਮਿਸ ਕਰੀਏ ਤਾਂ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਸੋ ਸਾਡੇ ਕੋਲ ਜੋ ਬਾਹਰੋਂ ਦੋਸਤ ਮਿੱਤਰ ਆਉਂਦੇ ਹੈ, ਅਤੇ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿੰਦਾ ਹੁੰਦਾ ਕਿ ਸਾਡੇ ਐਡਮਿੰਟਨ ਸ਼ਹਿਰ ਦੇ ਵਿੱਚ ਦੋ ਚੀਜ਼ਾਂ ਦੇਖਣ ਵਾਲੀਆਂ, ਇੱਕ ਤਾਂ ਐਡਮਿੰਟਨ ਮਾਲ ਅਤੇ ਦੂਜੀ ਸਾਡੀ ਸੀਨੀਅਰ ਸੁਸਾਇਟੀ। ਜਿਸ ਨੇ ਇਹ ਨਹੀਂ ਵੇਖਿਆ ਤਾਂ ਮੈਂ ਸਮਝੂ ਜਿਹਨੇ ਕਹਿੰਦੇ ਹੁੰਦੇ ਆ ਸਾਵਣ ਖੀਰ ਨਾ ਖਾਧੀਆ ਅਤੇ ਕਿਉਂ ਜੰਮਿਆ ਅਪਰਾਧੀਆ, ਜੇ ਇਹ ਚੀਜ਼ਾਂ ਦੋ ਨਾ ਵੇਖੀਆਂ ਤਾਂ ਉਹਨੂੰ ਐਡਮਿੰਟਨ 'ਚ ਆਉਣ ਦਾ ਕੋਈ ਫਾਇਦਾ ਨਹੀਂ। ਦੂਜੀ ਮੈਂ ਹਾਂਜੀ ਦੂਸਰੀ ਮੈਂ ਇਹ ਕਹਿੰਦਾ ਹੈ ਕਿ ਜਦੋਂ ਅਸੀਂ ਕਿਸੇ ਦਿਨ ਇਹ ਸੁਸਾਇਟੀ ਮਿਸ ਕਰੀਏ, ਸਾਡਾ ਇੰਨਾ ਮੋਹ ਹੋ ਗਿਆ ਸੁਸਾਇਟੀ ਨਾਲ, ਇੰਨੀ ਇੱਥੇ ਲਗਨ ਹੋ ਗਈ ਹੈ, ਜਿਵੇਂ ਕਹਿੰਦੇ ਰਾਤੀ ਸੁੱਤੇ, ਇੱਕ ਮਿੰਟ ਸੋਰੀ, ਨਹੀਂ ਨਹੀਂ ਕਿ ਡੁਹਾਗਣੀ ਤੁਮ ਕਿਉਂ ਰਹਿਣ ਬਹਾਏ, ਇਸੇ ਤਰ੍ਹਾਂ ਦੇ ਨਾਲ ਜੇ ਅਸੀਂ ਕਿਸੇ ਦਿਨ ਸੁਸਾਇਟੀ ਨਹੀਂ ਨਾ ਆਉਂਦੇ ਤਾਂ ਅਸੀਂ ਸਮਝਦੇ ਹਾਂ ਇੱਕ ਬਹੁਤ ਵੱਡੀ ਗਲਤੀ ਹੈ, ਬਹੁਤ ਪਛਤਾਵਾ ਹੋ ਜਾਂਦਾ ਹੈ। ਇੰਨਾ ਕਹਿੰਦਾ ਮੈਂ ਕਿਵਾਂ ਮੰਗਦਾ, ਮੈਂ ਚਾਹੁੰਦਾ ਵੀ ਇਸੇ ਤਰ੍ਹਾਂ ਸਾਡੀ ਸੁਸਾਇਟੀ ਵੱਧਦੀ ਫੁੱਲਦੀ ਰਹੇ ਅਤੇ ਅਸੀਂ ਇੱਥੇ ਇਸ ਤਰ੍ਹਾਂ ਆਨੰਦ ਮਾਣਦੇ ਰਹੀਏ। ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਾਰੇ ਮੈਂਬਰ ਇੱਥੇ ਆ ਕੇ ਬਹੁਤ ਫਨ ਕਰਦੇ ਨੇ, ਉਹਨਾਂ ਨੂੰ ਦਿਲ ਸੋ ਬਹੁਤ ਹੀ ਵਧੀਆ ਟਾਈਮ ਸਾਡਾ ਸਾਰਿਆਂ ਦਾ ਇੱਥੇ ਬਤੀਤ ਹੋ ਰਿਹਾ ਆ। ਸੋ ਆਈ ਹੋਪ ਕਿ ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋ। ਹਾਂਜੀ, ਸੋ ਤੁਸੀਂ ਆਪਣੇ ਬਾਰੇ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਸਾਰੇ ਦੱਸ ਕੇ? ਅਸੀਂ ਧੰਨਵਾਦੀਆਂ ਸਟਾਰ ਟੀਵੀ ਦੇ, ਜਿਨ੍ਹਾਂ ਨੇ ਆ ਕੇ ਇੱਥੇ ਬਾਬਿਆਂ ਦੀ ਸੁਸਾਇਟੀ ਵਿੱਚ ਅਤੇ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ, ਸਾਡਾ ਮਨ ਪਰਚਾਵਾ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅਸੀਂ ਅਤਿ ਧੰਨਵਾਦੀ ਹਾਂ। ਮੇਰਾ ਲੜਕਾ 1995 ਵਿੱਚ ਆਇਆ ਸੀ। ਅੱਛਾ ਜੀ। ਅਤੇ ਉਹ ਤੋਂ ਬਾਅਦ ਅਸੀਂ ਫਿਰ 96 'ਚ ਅਸੀਂ ਆ ਗਏ। ਠੀਕ ਹੈ। ਅਤੇ ਆ ਕੇ ਫਿਰ ਮਿਹਨਤਾਂ ਤਾਂ ਕਰਨੀਆਂ ਹੀ ਪੈਂਦੀਆਂ। ਹਾਂਜੀ। 18-18 20-22 ਘੰਟੇ ਕੰਮ ਕੀਤਾ। ਹਾਂਜੀ। ਅਤੇ ਵੈਨਕੂਵਰ ਕੰਨੀ ਟ੍ਰੀ ਟੂ ਵੀ ਲਾ ਕੇ ਆਉਂਦੇ ਰਹੇ, ਜਿਹੜਾ ਸਾਰਿਆਂ ਨੂੰ ਔਖਾ ਸੀਗਾ। ਠੀਕ ਹੈ। ਅਤੇ ਕੰਮ ਤੋਂ ਵਿਹਲੇ ਹੋਣ ਤੋਂ ਬਾਅਦ ਫਿਰ ਬੱਚੇ ਵੀ ਸਾਂਭਣੇ, ਡਿਊਟੀਆਂ 'ਤੇ ਵੀ ਜਾਣਾ, ਕਿਉਂਕਿ ਸਾਰੇ ਕੰਮ ਕਰਦੇ ਸੀ। ਫਿਰ ਹੌਲੀ ਹੌਲੀ ਪਤਾ ਲੱਗਿਆ ਸੁਸਾਇਟੀ ਦਾ, ਜਿਉਂ ਜਿਉਂ ਵਿਚਰਦੇ ਗਏ ਇੱਥੇ, ਹੌਲੀ ਹੌਲੀ ਪਤਾ ਲੱਗਿਆ ਵੀ ਇੱਥੇ ਸਾਡੇ ਬਜ਼ੁਰਗਾਂ ਨੇ, ਸੀਨੀਅਰਾਂ ਨੇ ਸੁਸਾਇਟੀ
ਬਣਾਈ ਹੋਈ ਆ, ਰਿਟਾਇਰਡ ਨੇ, ਸੈਮੀ ਰਿਟਾਇਰਡ ਨੇ, ਫਿਰ ਅਸੀਂ ਮੈਂਬਰ ਬਣੇ, ਲਾਈਵ ਮੈਂਬਰ ਬਣੇ ਇੱਥੇ ਆ ਕੇ। ਹਾਂਜੀ। ਅਤੇ ਇੱਥੇ ਗੁਰੂ ਘਰ ਵੀ ਨੇੜੇ ਆ, ਗੁਰੂ ਘਰ ਵੀ ਜਾਂਦੇ ਰਹੇ ਅਤੇ ਇੱਥੇ ਵੀ ਆਉਂਦੇ ਰਹੇ, ਦੋਵੇਂ ਪਾਸੇ ਸੋਸ਼ਲ ਸਰਵਿਸ ਕਰਦੇ ਰਹੇ। ਅਤੇ ਉਹ ਤੋਂ ਬਾਅਦ ਫਿਰ ਇੱਥੇ ਅਸੀਂ ਕੈਨੇਡਾ ਡੇ ਵੀ ਮਨਾਉਂਦੇ ਹਾਂ ਅਤੇ ਆਪਣੀ ਬਿਲਡਿੰਗ ਦੀ ਅਸੀਂ ਐਨਵਰਸਰੀ ਵੀ ਮਨਾਉਂਦੇ ਹਾਂ ਅਤੇ ਸਾਰੇ ਦਿਨ ਮਨਾਉਂਦੇ ਹਾਂ। ਮਿਨਿਸਟਰ ਵੀ ਆਉਂਦੇ ਨੇ ਇੱਥੇ ਅਤੇ ਇੰਡੀਆ ਤੋਂ ਵੀ ਆਉਂਦੇ ਨੇ ਬੰਦੇ। ਹਾਂਜੀ। ਲੇਕਿਨ ਸਾਡੀ ਸੁਸਾਇਟੀ ਦਾ ਅਸੂਲ ਆ ਵੀ ਇੱਥੇ ਤੁਸੀਂ ਕੋਈ ਮਤਲਬ ਕਿਸੇ ਪਾਰਟੀ ਦੀ ਗਤੀਵਿਧੀ ਨਹੀਂ ਕਰ ਸਕਦੇ, ਸੋਸ਼ਲ ਕਰ ਸਕਦੇ ਹਾਂ ਜੋ ਵੀ ਆਪਣੇ ਮੁਤਾਬਕ ਜੋ ਵੀ ਹਾਂ। ਅਤੇ ਅਸੀਂ ਮੈਂ ਤੁਹਾਨੂੰ ਹੁਣ ਕਵਿਤਾ ਸੁਣਾਉਣਾ, ਮੇਰੀ ਆਪ ਦੀ ਉਹ ਲਿਖੀ ਹੋਈ ਆ, ਦੋ ਚਾਰ ਬੋਲ ਸੁਣਾਉਣਾ। ਮਾਤਾ ਗੁਜਰੀ ਦਲਾਲ ਕਰ ਦਿੱਤੀ ਸੀ ਕਮਾਲ, ਮਾਤਾ ਗੁਜਰੀ ਦਲਾਲ ਕਰ ਦਿੱਤੀ ਸੀ ਕਮਾਲ, ਪਿਤਾ ਦਿੱਲੀ ਵਿੱਚ ਵਾਰਿਆ ਪੰਜਾਬ ਵਾਰੇ ਲਾਲ, ਵਾਰੇ ਦੇਸ਼ ਲਈ ਸੀ ਲਾਲ। ਉਮਰ 9 ਸਾਲ ਦੀ ਸੀ ਪਿਤਾ ਤੋਰਿਆ ਸੀ ਦਿੱਲੀ, ਉਮਰ 9 ਸਾਲ ਦੀ ਸੀ ਪਿਤਾ ਤੋਰਿਆ ਸੀ ਦਿੱਲੀ, ਉਦੋਂ ਹਿੱਲ ਗਈ ਸੀ ਦਿੱਲੀ, ਦਿੱਤਾ ਸੀਸ ਕੁਰਬਾਨੀ, ਸੀਸ ਦਿੱਤਾ ਸੀ ਗੁਰਾਂ ਨੇ ਇੱਥੇ ਕਰੀ ਸੀ ਕਮਾਲ, ਮਾਤਾ ਗੁਜਰੀ ਦਲਾਲ ਕਰ ਦਿੱਤੀ ਸੀ ਕਮਾਲ, ਪਿਤਾ ਦਿੱਲੀ ਵਿੱਚ ਵਾਰਿਆ ਪੰਜਾਬ ਵਾਰੇ ਲਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਹੁਣੇ ਦੇਖਿਆ ਕਿ ਇੱਥੇ ਜਿੰਨੇ ਵੀ ਮੈਂਬਰਸ ਆਉਂਦੇ ਨੇ ਉਹ ਇੱਥੇ ਟਾਈਮ ਸਪੈਂਡ ਕਰਨ ਤੋਂ ਪਹਿਲਾਂ ਆਪਣੀ ਲਾਈਫ ਦੇ ਬਹੁਤ ਪ੍ਰੀਸ਼ੀਅਸ ਜਿਹੜੇ ਸਾਲ ਸੀਗੇ ਉਹ ਮਿਹਨਤ ਵੀ ਕਰ ਚੁੱਕੇ ਨੇ। ਸੋ ਯੂ ਨੋ ਮਿਹਨਤ ਅਤੇ ਇੰਜੋਏ ਲਾਈਫ ਦਾ ਦੋਵੇਂ ਇਕੱਠੇ ਚੱਲਦੇ ਰਹਿਣ ਤੋਂ ਬਹੁਤ ਵਧੀਆ ਲੱਗਦਾ। ਸੋ ਸਾਡੇ ਨਾਲ ਹੁਣ ਅਨਦਰ ਮੈਂਬਰ ਨੇ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਕੀ ਨਾਮ? ਮੇਰਾ ਨਾਮ ਸੁਰਿੰਦਰ ਦਸੌਰ। ਹਾਂਜੀ। ਅਤੇ ਮੈਂ ਇੱਥੇ ਸੁਸਾਇਟੀ ਦੇ ਵਿੱਚ ਯੰਗ ਸੀਨੀਅਰ। ਹਾਂਜੀ। ਤੋ ਮੈਂਬਰ ਹੈਗੇ ਇੱਥੇ ਅਤੇ ਵਲੰਟੀਅਰ ਵਰਕ ਵੀ ਕਰਦੇ ਹੈਗੇ। ਹਾਂਜੀ। ਸੋ ਮੈਂ ਇੱਥੇ ਜ਼ਿਆਦਾ ਕਮੇਡੀ ਵੀ ਕਰਦਾ ਬਹੁਤ ਜ਼ਿਆਦਾ ਕਾਫੀ ਸਾਲਾਂ ਤੋਂ। ਅੱਜ ਮੈਂ ਤੁਹਾਨੂੰ ਕੁਛ ਜੋਕ ਸੁਣਾ ਰਿਹਾ ਹੈਗਾ। ਜ਼ਰੂਰ ਜੀ। ਹਾਂਜੀ। ਜਦੋਂ ਅਸੀਂ ਉਸ ਤਰ੍ਹਾਂ ਜਦੋਂ ਅਸੀਂ ਆਪਣਾ ਇੰਡੀਆ ਜਾਂਦੇ ਹਾਂ ਫਲਾਈਟ ਲੈ ਕੇ ਅਤੇ ਤੁਹਾਨੂੰ ਉਹ ਸੇਫਟੀ ਬਾਰੇ ਦੱਸਦੇ ਨੇ। ਹਾਂਜੀ। ਰਾਈਟ। ਸੋ ਏਅਰ ਹੋਸਟਸ ਹੁੰਦੀਆਂ ਉਹ ਖੜੀਆਂ ਹੁੰਦੀਆਂ ਇਸ ਤਰ੍ਹਾਂ ਕਰਕੇ, ਰਾਈਟ, ਸਾਰਾ ਦੱਸਦੀਆਂ ਨੇ। ਉਸ ਦੇ ਵਿੱਚ ਗੋਰੇ ਚਾਈਨੀਜ਼ ਸਾਰੇ ਵੀ ਬੈਠੇ ਹੁੰਦੇ, ਇੱਕ ਆਪਣਾ ਪੰਜਾਬੀ ਥੱਥਾ ਬੈਠਾ ਹੁੰਦਾ ਵਿੱਚ, ਰਾਈਟ। ਅੱਛਾ ਜੀ। ਅਤੇ ਉਹ ਕਹਿੰਦੇ ਨੇ, ਹਾਂਜੀ ਵੀ ਤੁਸੀਂ ਹੁਣ ਸਾਰੇ ਸਮਝ ਗਏ, ਐਵਰੀਥਿੰਗ ਐਵਰੀਬੋਡੀ ਅੰਡਰਸਟੈਂਡ, ਸਾਰੇ ਗੋਰੇ ਹੱਥ ਖੜ੍ਹਾ ਕਰਕੇ ਦੱਸੋ, ਸਾਰੇ ਕਰਦੇ। ਉਹ ਜਿਹੜਾ ਕਹਿੰਦੇ ਜੀ ਦੇਖੋ, ਜੇ ਫਾਇਰ ਹੋ ਜਾਏ ਪਲੇਨ ਦੇ ਵਿੱਚ, ਜੰਪ ਕਰਨਾ 1 2 3 4 5 6 7 8 9 10 10 ਨਹੀਂ ਕਾਊਂਟ ਕਰ, 9 'ਤੇ ਜੰਪ ਕਰ ਜਾਣਾ। ਐਵਰੀਬੋਡੀ ਅੰਡਰਸਟੈਂਡ? ਹਾਂਜੀ ਅੰਡਰਸਟੈਂਡ। ਸਾਰਿਆਂ ਪੁੱਛ ਥੱਥੇ ਨੂੰ, ਥੱਥਾ ਉੱਠ ਕੇ ਕਹਿੰਦਾ, ਮੈਂ ਕਿੰਨੇ ਗਿਣਨੇ? ਏਅਰ ਹੋਸਟਸ ਕਹਿੰਦੀ, ਤੂੰ ਇੱਕੋ ਹੀ ਗਿਣੀ, ਜੰਪ ਜੰਪ। ਹਾਂਜੀ। ਸੋ ਇਸ ਤਰ੍ਹਾਂ ਥੋੜ੍ਹਾ ਜਿਹਾ ਮਨੋਰੰਜਨ ਹੋਰ ਕਰਾਂਗੇ। ਅਤੇ ਇੱਕ ਵਾਰੀ ਇਸ ਤਰ੍ਹਾਂ ਹੀ ਅਸੀਂ ਵਾਈਫ ਨਵੇਂ ਨਵੇਂ ਆਏ ਅਤੇ ਅਸੀਂ ਮੰਦਿਰ 'ਚ ਚਲੇ ਗਏ ਮੱਥਾ ਟੇਕਣ, ਗੁਰਦੁਆਰੇ ਵੀ ਜਾਈਦਾ, ਮੰਦਿਰ ਵੀ ਚਲੇ ਗਏ। ਉੱਥੇ ਪੰਡਿਤ ਹੱਥ ਦੇਖ ਰਿਹਾ ਸੀ। ਅੱਛਾ ਜੀ। ਅਤੇ ਵਾਈਫ ਨੂੰ ਦੇਖ ਕੇ ਪੰਡਿਤ ਜੀ ਦੀ ਕੀ ਗੱਲ, ਤੁਸੀਂ ਉਦਾਸ ਨਜ਼ਰ ਆ ਰਹੇ ਹੋ। ਉਹ ਕਹਿੰਦੇ ਵੀ ਸਾਡੇ ਕੋਈ ਬੇਬੀ ਨਹੀਂ ਹੈ। ਕਹਿੰਦੇ ਕੋਈ ਨਹੀਂ, ਮੈਂ ਘਰ ਆਊਂਗਾ, ਆ ਕੇ ਪੂਜਾ ਕਰੂੰਗਾ ਅਤੇ ਤੁਹਾਡੇ ਮਿਹਰ ਹੋ ਜਾਏਗੀ। ਅਤੇ ਪੰਡਿਤ ਜੀ ਘਰ ਆ ਗਏ, ਆ ਕੇ ਉਹਨਾਂ ਨੇ ਪੂਜਾ ਕੀਤੀ, ਦਕਸ਼ਣਾ ਦਿੱਤੀ। ਕਹਿੰਦੇ ਦੇਖੋ, ਮੈਂ ਇੰਡੀਆ ਜਾ ਰਿਹਾ ਬਦਰੀਨਾਥ ਮੰਦਿਰ, ਤੁਹਾਡੇ ਨਾਮ ਦਾ ਉੱਥੇ ਦੀਵਾ ਜਗਾਇਆਉਂਗਾ ਅਤੇ ਕਿਰਪਾ ਹੋ ਜਾਏਗੀ। ਲਓ ਜੀ, ਉਹ ਪੰਡਿਤ ਜੀ ਇਹ ਕਹਿ ਕੇ ਚਲੇ ਗਏ, ਦਕਸ਼ਣਾ ਦਿੱਤੀ ਚਲੇ ਗਏ। 5, 7, 10, 6 ਸਾਲ ਬਾਅਦ ਉਹ ਪੰਡਿਤ ਜੀ ਸਾਡੇ ਘਰ ਦੇ ਅੱਗੇ ਉਹ ਗੁਜ਼ਰ ਰਹੇ ਸੀਗੇ ਅਤੇ ਉਹਨਾਂ ਨੇ ਦੇਖਿਆ ਵੀ ਇਹ ਸੁਰਿੰਦਰ ਜੀ ਦਾ ਘਰ ਹੈ, ਵੀ ਬੈੱਲ ਵਜਾ ਕੇ ਦੇਖਾਂ ਵੀ ਸ਼ਾਇਦ ਕੋਈ ਕਿਰਪਾ ਹੋਈ ਹੋਵੇ। ਉਹ ਜਦੋਂ ਬੈੱਲ ਵਜਾਈ ਤਾਂ ਡੋਰ ਖੋਲ੍ਹਿਆ ਅਤੇ ਮੇਰੀ ਵਾਈਫ ਨੇ ਡੋਰ ਖੋਲ੍ਹਿਆ ਅਤੇ ਵਿਹੜੇ ਦੇ ਵਿੱਚ 3-4 ਬੱਚੇ 6 ਬੱਚੇ ਘੁੰਮ ਰਹੇ ਸੀ, ਖੇਡ ਰਹੇ ਸੀਗੇ। ਅਰੇ ਪੰਡਿਤ ਜੀ, ਆਈਏ ਆਈਏ, ਪ੍ਰਣਾਮ ਪੰਡਿਤ ਜੀ, ਕੈਸੇ ਹੋ? ਕਹਿੰਦੇ, ਹਾਂ ਮੈਂ ਠੀਕ ਹੂੰ। ਅੱਛਾ ਅੱਛਾ, ਯੇ ਬੱਚੇ ਆਪਕੇ ਹੈਂ? 3 ਮੇਰੇ ਹੈਂ ਔਰ 3 ਮੇਰੀ ਨਨਾਨ ਕੇ ਹੈਂ। ਅੱਛਾ ਅੱਛਾ ਅੱਛਾ,
अच्छा वो सुरेंद्र जी नज़र नहीं आ रहे, वो कहाँ हैं? वो पंडित जी बद्रीनाथ मंदिर गए हुए हैं, वो क्यों? वो आप दीवा जगाए थे ना, वो अब बजाने गए हुए हैं। थैंक यू सो मच। थैंक यू सो मच। थैंक यू। सो मेरे नाल हुण इक होर मैंबर खड़े ने आपां इन्हां कोलों इन्हां दी इंट्रोडक्शन लैंदे हां ते जानदे हां इन्हां दी लाइफ बारे कि इन्हां दा इत्थे तक सफर किदां दा रिहा। सत श्री अकाल जी। सत श्री अकाल जी। सो तुसीं अपने बारे दसो। हांजी, मैं मनजीत सिंह धारीवाल, मैं तकरीबन 10 साल पहलां इंडिया तों आया जी। अच्छा जी। मेरा डिस्ट्रिक्ट लुधियाणा, पिंड मानगढ़। ਯੂਨੀਵਰਸਿਟੀ ਸਭ ਤੋਂ ਪਹਿਲਾਂ ਜੋਬ ਸਟਾਰਟ ਕੀਤੀ ਕਲੀਨਅਪ ਦੀ। ਠੀਕ ਹੈ। 11 ਮਹੀਨੇ ਦੇ ਵਿੱਚ ਵਿੱਚ ਜੋਬ ਕਰਦੇ ਕਰਦੇ ਮੈਂ ਟਰੱਕ ਚਲਾਉਣ ਦਾ ਲਾਇਸੈਂਸ ਲੈ ਗਿਆ। ਤਕਰੀਬਨ 4 ਮਹੀਨੇ ਮੈਂ ਟਰੱਕ ਚਲਾਇਆ ਜੀ। ਉਸ ਤੋਂ ਬਾਅਦ ਉਹ ਜੋਬ ਛੱਡ ਕੇ 2012 ਤੋਂ ਲੈ ਕੇ ਹੁਣ ਤੱਕ ਹੈਡਵੇ ਸਕੂਲ ਨਾਲ ਬੱਸ ਚਲਾ ਰਿਹਾ ਜੀ, ਫੁੱਲ ਟਾਈਮ ਜੋਬ ਕਰ ਰਿਹਾ। ਠੀਕ ਹੈ ਜੀ। ਸੋ ਬਹੁਤ ਵਧੀਆ ਲੱਗਿਆ ਕਿ ਉਹ ਕੰਮ ਵੀ ਨਾਲ ਨਾਲ ਜ਼ਰੂਰੀ ਆ ਅਤੇ ਸੋਸਾਇਟੀ ਦਾ ਹਿੱਸਾ ਬਣ ਕੇ ਤੁਹਾਡਾ ਕੀ ਵਿਚਾਰ ਹੈ? ਮੈਂ ਲਾਈਫ ਮੈਂਬਰ ਬਣਿਆ ਹੋਇਆ ਜੀ ਅਤੇ ਇੱਥੇ ਆਈ ਹੋਈ ਸ਼ਨੀਚਰਵਾਰ ਪੂਲ ਟੇਬਲ ਖੇਲ ਜੀ। ਹਾਂਜੀ, ਵਧੀਆ ਇੰਜੋਏ ਕਰੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਠੀਕ ਹੈ ਜੀ, ਧੰਨਵਾਦ ਜੀ। ਸੋ ਅਸੀਂ ਬਹੁਤ ਸਾਰਾ ਫਨ ਵੀ ਇਹਨਾਂ ਦੇ ਨਾਲ ਕਰ ਰਹੇ ਹਾਂ, ਗੀਤ ਸੁਣ ਰਹੇ ਹਾਂ, ਕਵਿਤਾਵਾਂ ਸੁਣ ਰਹੇ ਹਾਂ, ਗਜ਼ਲ ਸੁਣ ਰਹੇ ਹਾਂ, ਚੁਟਕਲੇ ਸੁਣ ਰਹੇ ਹਾਂ। ਥੋੜ੍ਹਾ ਜਿਹਾ ਅਸੀਂ ਇਹਨਾਂ ਦੀ ਲਾਈਫ ਇੱਥੇ ਕਿ ਕਿਹੋ ਜਿਹੇ ਉਹਨਾਂ ਨੂੰ ਕੰਮ ਵੀ ਕਰਨੇ ਪੈਂਦੇ ਨੇ, ਸੋ ਉਹਨਾਂ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਹਾਲ ਚਾਲ ਹੈ? ਹਾਂਜੀ, ਮੈਂ 1959 ਦੇ ਵਿੱਚ ਮਰਚੈਂਟ ਨੇਵੀ ਵਿੱਚ ਗਿਆ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਮੈਂ 7 ਸਾਲ ਉੱਥੇ ਮਰਚੈਂਟ ਨੇਵੀ ਵਿੱਚ ਆਲ ਵਰਲਡ ਮੈਂ ਘੁੰਮਿਆ। ਠੀਕ ਹੈ। ਉਸ ਤੋਂ ਬਾਅਦ ਫਿਰ 1967 ਦੇ ਵਿੱਚ ਇੰਗਲੈਂਡ ਦੇ ਵਿੱਚ ਮੈਂ ਚੁੱਭੀ ਮਾਰ ਗਿਆ। ਉਸ ਤੋਂ ਬਾਅਦ 33 ਸਾਲ ਮੈਂ ਉੱਥੇ ਰਿਹਾ। ਮੈਂ ਉੱਥੇ ਕੱਪੜੇ ਦਾ ਕੰਮ ਕਰਦਾ ਰਿਹਾ ਅਤੇ ਫਿਰ ਮੈਂ 3 ਕੁ ਮਹੀਨੇ ਫਾਊਂਡਰੀ 'ਚ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ ਆਪਣੀ ਸ਼ੌਪ ਬਣਾਈ, 15 ਸਾਲ ਮੈਂ ਸ਼ੌਪ ਕੀਤੀ, ਇਹਦੇ ਵਿੱਚ ਐਵਰੀਥਿੰਗ ਸੀ, ਆਫਲਿਜ਼ਨ ਐਵਰੀਥਿੰਗ ਸੀਗਾ। ਉਸ ਤੋਂ ਬਾਅਦ ਮੈਂ 2000 ਦੇ ਵਿੱਚ ਕਨੇਡਾ ਆਇਆ, ਇੱਥੇ ਮੇਰੇ ਲੜਕੇ ਦਾ ਪੀਜ਼ਾ ਸ਼ੌਪ ਸੀ, ਮੈਂ ਇੱਥੇ ਦੇ ਪੀਜ਼ੇ 'ਤੇ ਆ ਕੇ ਫਿਰ ਡੋਰ ਵਗੈਰਾ ਸਾਰੀ ਬਣਾਈ, ਸਾਰਾ ਕੰਮ ਕੀਤਾ। 33 ਸਾਲ ਇੰਗਲੈਂਡ 'ਚ ਰਿਹਾ, ਹੁਣ ਮੈਂ 19 ਸਾਲ ਇੱਥੇ ਆਏ ਨੂੰ ਹੋ ਗਏ ਆ ਅਤੇ ਮੈਂ 15 ਸਾਲ ਹੋ ਗਏ ਸੁਸਾਇਟੀ ਜੁਆਇਨ ਕੀਤੇ ਨੂੰ ਅਤੇ ਮੈਨੂੰ ਜਦੋਂ ਦਾ ਮੈਂ ਇੱਥੇ ਆ ਕੇ ਇਹਨਾਂ ਦੇ ਵਿੱਚ ਮਿਕਸ ਹੋ ਗਿਆ ਅਤੇ ਮੇਰਾ ਬਹੁਤ ਹੀ ਇੱਥੇ ਦਿਲ ਲੱਗਦਾ, ਮੈਂ ਰਹਿ ਨਹੀਂ ਸਕਦਾ। ਮਤਲਬ ਹਮੇਸ਼ਾ ਜਦੋਂ ਇੱਦਾਂ ਐਸਾ ਲੱਗਦਾ ਵੀ ਜਿਸ ਤਰ੍ਹਾਂ ਮੈਂ ਅੱਜ ਗਿਆ ਨਹੀਂ ਤਾਂ ਪਤਾ ਨਹੀਂ ਕੀ ਹੋ ਗਿਆ। ਕਿਉਂਕਿ 15 ਸਾਲ ਬਹੁਤ ਲੰਬਾ ਟਾਈਮ ਹੁੰਦਾ ਕਿ ਤੁਸੀਂ ਇਹਨੂੰ ਡੈਡੀਕੇਟ ਕਰ ਸਕਦੇ ਹੋ। ਹਾਂਜੀ ਹਾਂਜੀ। ਚਲੋ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਬਾਰੇ। ਥੈਂਕ ਯੂ ਵੈਰੀ ਮੱਚ ਜੀ, ਤੁਹਾਡਾ ਬਹੁਤ ਥੈਂਕ ਯੂ। ਤੁਸੀਂ ਨਾ ਸਾਰੇ ਦੀ ਜ਼ੁਬਾਨੀ ਸੁਣ ਰਹੇ ਹੋ ਕਿ ਬੈਕ ਸਾਈਡ ਪੰਜਾਬ ਤੋਂ ਉਹ ਬਹੁਤ ਬਹੁਤ ਵੱਡੇ ਅਹੁਦਿਆਂ 'ਤੇ ਰਹਿ ਕੇ ਇੱਥੇ ਆਏ ਹੋਏ ਨੇ, ਇੱਥੇ ਆ ਕੇ ਕੰਮ ਕੀਤੇ ਹੋਏ ਨੇ ਅਤੇ ਅੱਜ ਉਹ ਜੇ ਰਿਟਾਇਰ ਨੇ ਜਾਂ ਰਿਟਾਇਰ ਹੋਣ ਵਾਲੇ ਨੇ ਤੋ ਅੱਜ ਇਸ ਸੁਸਾਇਟੀ ਦਾ ਹਿੱਸਾ ਨੇ ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਸੁਸਾਇਟੀ ਦਾ ਹਿੱਸਾ ਬਣ ਕੇ। ਸੋ ਉਹਨਾਂ ਵਿੱਚੋਂ ਹੀ ਇੱਕ ਉਦਾਹਰਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਆ ਜੀ ਅਤੇ ਤੁਸੀਂ ਕੀ ਇੰਡੀਆ ਤੋਂ ਕਰਦੇ ਸੀ? ਮਾਰ ਹੈ ਜੀ, ਅਤੇ ਇੱਥੇ ਸੁਸਾਇਟੀ ਚਾਹੀਦੀ। ਹਾਂਜੀ, ਖੇਡ ਕੇ ਚਲੇ ਜਾਈਦਾ, ਇਹਦੇ ਨਾਲ ਗਵਰਨਮੈਂਟ ਨੂੰ ਬੜਾ ਫਾਇਦਾ ਹੈ। ਹਾਂਜੀ, ਬਜ਼ੁਰਗਾਂ ਦੀ ਸਿਹਤ ਕਾਇਮ ਰਹਿੰਦੀ ਹੈ, ਮਾਨਸਿਕ ਤਣਾਓ ਨਹੀਂ ਹੁੰਦਾ ਜਿਹੜਾ ਕਿ ਇੱਥੇ ਆ ਕੇ ਹੱਸ ਖੇਡ ਕੇ ਮਿਟ ਜਾਂਦਾ, ਅਤੇ ਇਹਦੇ ਨਾਲ ਮਾਨਸਿਕ ਤਣਾਓ ਨਾਲ ਕੀ ਹੁੰਦਾ ਫਿਰ ਬਿਮਾਰ ਹੁੰਦੇ ਹੈ, ਉਹਦੇ ਨਾਲ ਗਵਰਨਮੈਂਟ ਦਾ ਖਰਚ ਬਹੁਤ ਜ਼ਿਆਦਾ ਹੁੰਦਾ। ਹਾਂਜੀ, ਮੈਂ ਸਮਝਦਾ ਇਸ ਗੱਲ ਨੂੰ ਰਿਕਗਨਾਈਜ਼ ਕਰਨਾ ਚਾਹੀਦਾ ਕਿ ਇਹ ਸੁਸਾਇਟੀ ਦੇ ਹੋਣ ਦੇ ਕਾਰਨ ਜਿਹੜੇ ਹੈਗੇ ਬਜ਼ੁਰਗ ਤੰਦਰੁਸਤ ਰਹਿੰਦੇ ਨੇ ਅਤੇ ਉਹਨਾਂ ਨੂੰ ਜਿਹੜਾ ਬਿਮਾਰ ਵਗੈਰਾ ਹੁਣ ਤੋਂ ਬਚਦੇ ਨੇ ਉਹਦੇ ਨਾਲ ਗਵਰਨਮੈਂਟ ਨੂੰ ਨੇਸ਼ਨ ਨੂੰ ਬਹੁਤ ਫਾਇਦਾ ਹੈਗਾ। ਹਾਂਜੀ, ਸੋ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਕਿ ਕੀਤੇ ਹੋਏ ਨੇ, ਬੈਕਗ੍ਰਾਊਂਡ ਤੁਹਾਡਾ ਕੀ ਕਰੀਅਰ ਸੀਗਾ? ਸੁਸਾਇਟੀ ਕੰਮ ਕਰਦੀ ਹੈ, ਸੁਸਾਇਟੀ ਦੇ ਜਿਹੜੇ ਮੈਂਬਰ ਨੇ ਉਹ ਨਾਲ ਲੱਗਦੇ ਆ। ਅਸੀਂ ਇੱਕ ਇੱਥੇ ਹਰ ਸਾਲ ਕਰਾਉਂਦੇ ਹਾਂ ਵਾਕ, ਕਰਾਉਂਦੇ ਵਾਕ ਪਰ ਹੈਲ, ਉਹਦੇ ਵਿੱਚ ਫੈਮਿਲੀਜ਼ ਆਉਂਦੀਆਂ ਨੇ, 300-400 ਬੰਦਾ ਹੋ ਜਾਂਦਾ ਅਤੇ ਉਹਦੇ ਨਾਲ ਇੱਕ ਤਾਂ ਇਹ ਜਾਗਰੂਕਤਾ ਆਉਂਦੀ ਹੈ ਕਿ ਵੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈਗਾ। ਅਸੀਂ ਉਸ ਵਾਕ ਵੇਲੇ ਇੱਥੇ ਡਾਕਟਰਾਂ ਨੂੰ ਬੁਲਾਉਂਦੇ ਹਾਂ ਜਿਹੜੇ ਕਿ ਫ੍ਰੀ ਬਲੱਡ ਪ੍ਰੈਸ਼ਰ, ਸ਼ੂਗਰ ਵਗੈਰਾ ਚੈੱਕ ਕਰਦੇ ਨੇ। ਤਾਂ ਇਹ ਇਹੀ ਹੈ ਕਿ ਜਾਗਰੂਕਤਾ ਹੋਵੇ, ਸਿਹਤ ਦਾ ਧਿਆਨ ਰੱਖਣ ਦਾ ਸੋਚ ਪੈਦਾ ਹੋਵੇ ਤਾਂ ਉਹ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਸੁਣ ਸਕਦੇ ਹੋ ਕਿ ਇਹਨਾਂ ਸਾਰਿਆਂ ਦਾ ਮੇਨ ਮੋਟਿਵ ਜਸਟ ਇੱਥੇ ਇਕੱਲਾ ਆ ਕੇ ਟਾਈਮ ਸਪੈਂਡ ਕਰਨਾ ਨਹੀਂ ਪਰ ਆਪਣੀ ਹੈਲਥ ਨੂੰ ਵੀ ਵਧੀਆ ਰੱਖਣਾ, ਸੋ ਦੈਟ ਕਿਸੇ ਹੋਰ ਪਰਸਨ 'ਤੇ ਬੋਝ ਨਾ ਪਵੇ। ਥੈਂਕ ਯੂ ਸੋ ਮੱਚ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਕੀ ਨਾਮ ਹੈ ਤੁਸੀਂ? ਮੇਰਾ ਨਾਮ ਹੈ ਜੀ ਚਮਕੌਰ ਸਿੰਘ ਮਾਹਲ। ਤੇ ਤੁਸੀਂ ਇੱਥੇ ਕੀ ਆਪਣੇ ਕਾਰਜ ਕੀ ਕੰਮ ਕਰਦੇ ਹੋ? ਮੈਂ ਐਕਚੁਲੀ ਇੱਥੇ ਸੁਸਾਇਟੀ ਵਿੱਚ ਮੈਂ ਦੇਖਿਆ ਇੱਥੇ ਵੀ ਜਿਹੜੇ ਬਜ਼ੁਰਗ ਆ ਪੁਰਾਣੇ, ਉਹਨਾਂ ਨੂੰ ਇੱਕ ਤਾਂ ਅੰਗਰੇਜ਼ੀ ਨਹੀਂ ਆਉਂਦੀ ਹੈਗੀ, ਇੱਕ ਕੰਪਿਊਟਰ ਨਹੀਂ ਆਉਂਦਾ, ਅਤੇ ਉਹਨਾਂ ਦਾ ਜਿਹੜਾ ਆਫੀਸ਼ੀਅਲ ਕੰਮ ਹੈਗਾ ਜਿਵੇਂ ਵੀਜ਼ਾ ਲਵਾਉਣਾ ਹੈਗਾ ਜਾਂ ਓ ਸੀ ਆਈ ਲੈਣਾ ਹੈਗਾ ਜਾਂ ਸਿਟੀਜ਼ਨਸ਼ਿਪ ਲੈਣੀ ਆ, ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਡਿਫੀਕਲਟੀ ਆਉਂਦੀ ਕਾਫੀ, ਬਾਹਰ ਕਾਫੀ ਚਾਰਜ ਲੈਂਦੇ ਨੇ। ਫਿਰ ਮੈਂ 2003 'ਚ ਵੀ ਸ਼ੁਰੂ ਕੀਤਾ ਸੀਗਾ, 2003 ਵਿੱਚ ਬਈ ਇੱਕ ਤਾਂ ਨੋਟਰੀ ਕਾਲਜ ਕਿਦਾਂ ਲਾਇਸੈਂਸ ਲਿਆ ਫਿਰ, ਅਤੇ ਬਾਕੀ ਥੱਲੇ ਪਹਿਲਾਂ ਅਕਾਊਂਟ ਵਗੈਰਾ ਇੱਥੇ ਕਰਦਾ ਰਿਹਾ ਵੈਸੇ, ਬਾਹਰ ਵੀ ਪੈਨਸ਼ਨ ਨਹੀਂ ਲੱਗੀ ਸੀ, ਅਤੇ ਆਫਿਸ ਦਾ ਕੰਮ ਵੀ ਮੈਂ ਕਰਦਾ ਰਿਹਾ ਵੀ ਇੰਡੀਆ 'ਚ ਜੋ ਕਾਲਜ ਸੀਗਾ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ, ਪਹਿਲਾਂ ਮਿਲਟਰੀ ਸੀਗਾ 24 ਸਾਲ 12 ਸਾਲ ਉੱਥੇ ਕਾਲਜ 'ਚ ਰਹੇ, ਅਤੇ ਕਾਫੀ ਮੇਰੇ ਕੋਲ ਵੀ ਆਫਿਸ ਦਾ ਕਾਫੀ ਐਕਸਪੀਰੀਅੰਸ ਸੀਗਾ, ਅਕਾਊਂਟ ਦਾ ਵੀ ਕਾਫੀ। ਹਾਂਜੀ। ਮੈਂ ਸੋਚਿਆ ਵੀ ਇੱਥੇ ਲੋਕਾਂ ਨੂੰ ਵੀ ਕਮਿਊਨਿਟੀ ਵੀ ਮਿਹਨਤ ਤਾਂ ਪੈਨਸ਼ਨ ਲੱਗੀ ਹੋਈ, ਵੀ ਲੋਕਾਂ ਦੀ ਸੇਵਾ ਕਰੀਏ। ਹਾਂਜੀ ਹਾਂਜੀ। ਫਿਰ ਮੈਂ 2003 ਵੀ ਸ਼ੁਰੂ ਕੀਤਾ ਸੀਗਾ, ਅਤੇ ਵੀ ਕੋਈ ਵੀ ਆ ਕੇ ਵੀ ਇੱਥੇ ਸਾਡੇ ਮੈਂਬਰ ਵੀ ਜਾਂ ਕਮਿਊਨਿਟੀ 'ਤੇ ਵੀ ਕੋਈ ਆ ਕੇ ਵੀ ਜਿਹੜਾ ਹੈ ਉਦੋਂ ਕੰਮ ਕਰਾ ਸਕਦਾ ਹੈਗਾ, ਵੀ ਨੋਟਰੀ ਕਾਲਜ ਦੀ ਸਰਵਿਸਿਸ ਵੀ ਕਰਾ ਸਕਦਾ, ਕਿਸੇ ਨੇ ਵੀਜ਼ਾ ਲਵਾਉਣਾ ਹੈਗਾ, ਕਿਸੇ ਨੇ ਸਿਟੀਜ਼ਨਸ਼ਿਪ ਲੈਣੀ ਹੈ, ਅਫੀਸ਼ੀਅਲ ਜਿਹੜਾ ਕੰਮ ਹੈਗਾ ਤੁਸੀਂ ਇਹਨਾਂ 'ਚ ਹੈਲਪ ਕਰ ਦਿੰਦੇ ਹੋ। ਉਹ ਫਿਰ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਕਿੱਥੇ ਹੈਗਾ, ਤਾਂ ਉਹਨੂੰ ਫਿਰ ਨਾਲ ਲੈ ਕੇ ਜਾਈਦਾ। ਹਾਂਜੀ। ਉੱਥੇ ਜਾ ਕੇ ਅੰਗਰੇਜ਼ੀ ਬੋਲਣੀ, ਉਹਨਾਂ ਨੂੰ ਵੀ ਨਾਲ ਅਸਿਸਟੈਂਟ ਕਰਨੀ। ਬਹੁਤ ਬਹੁਤ ਸ਼ੁਕਰ ਜੀ, ਬਹੁਤ ਵਧੀਆ ਲੱਗਦਾ ਤੁਸੀਂ ਇੱਥੇ ਫਨ ਕਰਦੇ ਹੋ, ਆਪਦੀ ਲਾਈਫ ਟਾਈਮ ਸਪੈਂਡ ਕਰਦੇ ਹੋ, ਬਟ ਹਾਂਜੀ ਨਾਲ ਨਾਲ ਜਿਹੜੇ ਕੰਮ ਕਰ ਵੀ ਉਹ ਵੀ ਤੁਸੀਂ ਨਾਲ ਕਰਦੇ ਹੋ। ਮਤਲਬ ਕਿਸੇ ਹੈਲਪ ਕਰਕੇ ਬੜੀ ਖੁਸ਼ੀ ਹੁੰਦੀ ਹੈ। ਹਾਂਜੀ। ਯੂ ਫੀਲ ਸੈਟੀਸਫਾਈਡ। ਹਾਂਜੀ। ਮਤਲਬ ਵੀ ਲੋਕਾਂ ਦੀ ਜਿਹਨਾਂ ਜ਼ਰੂਰਤ ਹੈਗੀ ਉਹ ਵੀ ਬੜੇ ਵੀ ਅਸੀਸਾਂ ਦੇ ਕੇ ਜਾਂਦੇ ਆ ਫਿਰ। ਨਹੀਂ ਬਿਲਕੁਲ ਸਹੀ ਗੱਲ ਹੈ ਜੀ। ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ। ਸੋ ਇਹ ਸੁਸਾਇਟੀ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਸਿਰਫ ਇੱਥੇ ਆ ਕੇ ਇਕੱਠੇ ਹੋਣ ਤੱਕ ਸੀਮਤ ਨਹੀਂ ਆ, ਪਰ ਤੁਸੀਂ ਇੱਥੇ ਇੱਕ ਦੂਜੇ ਦੇ ਕੰਮ, ਇੱਕ ਦੂਜੇ ਨਾਲ ਫਨ ਕਰਨਾ, ਸਭ ਕੁਛ ਇੱਕੋ ਹੀ ਜਗ੍ਹਾ 'ਤੇ ਕਰਨ ਨੂੰ ਮਿਲਦਾ, ਸੋ ਇਟਸ ਅ ਗ੍ਰੇਟ ਥਿੰਗ। ਅਤੇ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਭਿੰਦਰ ਸਿੰਘ ਸੋਹੀ। ਠੀਕ ਹੈ ਜੀ, ਤੁਸੀਂ ਪਿੱਛੋਂ ਪੰਜਾਬ ਤੋਂ ਕਿਹੜੇ ਜ਼ਿਲ੍ਹੇ? ਸੰਗਰੂਰ ਦੇ ਵਿੱਚ ਬਨਬੌੜਾ ਪਿੰਡ ਹੈ। ਠੀਕ ਹੈ ਜੀ। ਸੋ ਸੰਗਰੂਰ ਤੋਂ ਬਿਲੋਂਗ ਕਰਦੇ? ਸੰਗਰੂਰ ਨੂੰ ਬਿਲੋਂਗ ਕਰਦਾ। ਅਤੇ ਕੀ ਤੁਸੀਂ ਉੱਥੇ ਸੰਗਰੂਰ 'ਚ ਤੁਸੀਂ ਕੀ ਕੰਮ ਕਰ ਕਰਦੇ? ਮੈਂ ਉੱਥੇ ਕਾਲਜ ਲੈਕਚਰ ਇਨ ਫਿਜ਼ੀਕਲ ਐਜੂਕੇਸ਼ਨ ਰਿਟਾਇਰ ਹੋਇਆ, ਆਫਟਰ 36 ਈਅਰਸ ਮੈਂ ਸੇਵਾ ਕੀਤੀ ਹੈ। ਠੀਕ ਹੈ ਜੀ। ਅਤੇ ਬਾਕੀ ਮੈਂ ਉੱਥੇ ਪੜ੍ਹਾ 30 ਸਾਲ ਪੜ੍ਹਾ ਰਿਹਾ, ਅਤੇ 1999 ਦੇ ਵਿੱਚ ਮੈਂ ਕੈਨੇਡਾ 'ਚ ਆ ਗਿਆ। ਠੀਕ ਹੈ। ਇੱਥੇ 20 ਸਾਲ ਮੈਨੂੰ ਆਏ ਨੂੰ ਹੋ ਗਏ ਨੇ, ਮੈਂ ਵੱਖਰੀ ਵੱਖਰੀ ਜਗ੍ਹਾ 'ਤੇ ਇੱਥੇ ਕੰਮ ਕੀਤਾ। ਹਾਂਜੀ। ਸੁਸਾਇਟੀ ਨਾਲ ਮੇਰੀ ਮੁੱਢਲੇ ਦਿਨ ਤੋਂ ਅਟੈਚਮੈਂਟ ਹੈ, ਜਦੋਂ ਮੈਂ ਆਇਆ ਉਸ ਦਿਨ ਤੋਂ ਮੈਂ ਸੁਸਾਇਟੀ ਨਾਲ ਅਟੈਚ ਹਾਂ, ਅਤੇ ਵੱਖਰੇ ਵੱਖਰੇ ਜੇ ਕਦੇ ਵੀ ਮੈਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਨਿਭਾਉਂਦਾ ਰਿਹਾ, ਕੋਸ਼ਿਸ਼ ਕਰਦਾ ਰਿਹਾ, ਅਤੇ ਹਰ ਵੇਲੇ ਮੈਂ ਇਹ ਚਾਹੁੰਦਾ ਕਿ ਸੁਸਾਇਟੀ ਨੇ ਜਿਹੜਾ ਇੱਥੇ ਕੰਮ ਹੈ ਇਹ ਬਹੁਤ ਵਡਮੁੱਲਾ ਕੰਮ ਹੈ। ਹਾਂਜੀ, ਬਹੁਤ ਜਿਹੜੇ ਨਵੇਂ ਲੋਕ ਆਉਂਦੇ ਨੇ ਉਹ ਪਹਿਲਾਂ ਸੁਸਾਇਟੀ ਆਉਂਦੇ ਨੇ, ਸਾਡਾ ਫਰਜ਼ ਹੈ ਅਸੀਂ ਉਹਨਾਂ ਨੂੰ ਕੈਨੇਡਾ ਦੇ ਬਾਰੇ ਦੱਸਣਾ, ਅਸੀਂ ਦੱਸਦੇ ਹਾਂ, ਹੈਲਪ ਕਰਦੇ ਹਾਂ, ਮਦਦ ਕਰਦੇ ਹਾਂ। ਅਤੇ ਸੁਸਾਇਟੀ ਨੇ ਬੜੇ ਦੋ ਮੇਜਰ ਅਸੀਂ ਫੰਕਸ਼ਨ ਕਰਦੇ ਹਾਂ, ਜਿਨ੍ਹਾਂ ਵਿੱਚੋਂ ਕੈਨੇਡਾ ਡੇ ਦਾ ਇੱਕ ਫੰਕਸ਼ਨ ਹੁੰਦਾ July 1st ਨੂੰ, ਅਤੇ ਅਸੀਂ ਸਥਾਪਨਾ ਦਿਵਸ ਸੁਸਾਇਟੀ ਦਾ ਮਨਾਉਂਦੇ ਹਾਂ। ਇਸ ਤੋਂ ਬਗੈਰ ਜੱਗ ਜਿਉਂਦਿਆਂ ਦੇ ਮੇਲੇ ਸਾਡੇ, ਉਹਨਾਂ ਨੂੰ ਬਜ਼ੁਰਗਾਂ ਲਈ ਉਹ ਆਪਣੀਆਂ ਕਵਿਤਾਵਾਂ ਆਪਦੇ ਹੁਨਰ ਇੱਥੇ ਜ਼ਾਹਰ ਕਰਦੇ ਨੇ, ਸਾਡਾ ਬੜਾ ਵੱਡਾ ਕੰਮ ਹੁੰਦਾ। ਸੁਸਾਇਟੀ ਦੀ ਸਭ ਤੋਂ ਵੱਡੀ ਸਿਫਤ ਆ, ਕੋਈ 30-32 ਸਾਲ ਹੋ ਗਏ ਨੇ ਇਸ ਸੁਸਾਇਟੀ ਵਿੱਚ, ਅੱਜ ਤੱਕ ਕੋਈ ਚੋਣ ਨਹੀਂ, ਉਹਨਾਂ ਨਹੀਂ ਬਸ ਪੈਸੇ ਆਉਂਦੇ ਨੇ, ਸਾਰੇ ਪਿਆਰ ਪ੍ਰੇਮ ਨਾਲ ਸਾਰੇ ਰਹਿੰਦੇ ਨੇ। ਅਤੇ ਇੱਥੇ ਆ ਕੇ ਹਰ ਬੰਦਾ ਜਿਹੜਾ ਕੋਈ ਇੱਥੇ ਨਹੀਂ ਆਉਂਦਾ ਉਹ ਸੁਸਾਇਟੀ ਨੂੰ ਹਮੇਸ਼ਾ ਮਿਸ ਕਰਦਾ। ਅਤੇ ਹਰ ਬੰਦਾ ਕੋਸ਼ਿਸ਼ ਕਰਦਾ, ਕੋਈ ਪੋਲੀਟੀਕਲ ਬੰਦਾ ਹੋਵੇ, ਕੋਈ ਸੋਸ਼ਲ ਵਰਕਰ ਹੋਵੇ, ਜਾਂ ਕੋਈ ਬੰਦਾ ਇੰਪੋਰਟੈਂਟ ਪਰਸਨੈਲਿਟੀ ਇੰਡੀਆ 'ਚ ਆਉਂਦੀ ਹੋਵੇ, ਤਾਂ ਉਹਦੇ ਲਈ ਪਹਿਲਾ ਜਿਹੜਾ ਸਮਾਂ ਹੁੰਦਾ ਹੈ ਕਿ ਮੈਂ ਗੁਰਦੁਆਰੇ ਤਾਂ ਜਾਣਾ ਹੀ ਹੁੰਦਾ, ਮੈਂ ਸੁਸਾਇਟੀ ਦੇ ਵੀ ਦਰਸ਼ਨ ਕਰਕੇ ਆਵਾਂ, ਇਹ ਆਲਬਿੰਦ ਦਾ ਉਦੇਸ਼ ਹੁੰਦਾ ਹੈ। ਮੈਂ ਮੇਰੇ ਲਈ ਇਹ ਬੜਾ ਹੀ ਵੱਡਾ ਸਥਾਨ ਹੈ, ਮੈਂ ਹਰ ਰੋਜ਼ ਤਿਆਰ ਹੋ ਕੇ ਸੁਸਾਇਟੀ ਦੇ ਵਿੱਚ ਆਉਂਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਬਹੁਤ ਵਧੀਆ ਲੱਗਾ। ਥੈਂਕ ਯੂ ਸੋ ਮਚ। ਟਿਪੇਤੇ ਬੋਤੀ ਚੜਦੀ ਗਿਣ ਗਿਣ ਕਰਦੀ ਲੇਡੇ ਨੀ, ਉੱਚੇ ਟਿਪੇਤੇ ਬੋਤੀ ਚੜਦੀ, ਉੱਚੇ ਟਿਪੇਤੇ ਬੋਤੀ ਚੜਦੀ ਗਿਣ ਗਿਣ ਕਰਦੀ ਲੇਡੇ, ਤੋਰ ਸ਼ਕੀਨਾਂ ਦੀ ਤੂੰ ਕੀ ਜਾਣਦੀ ਪੇਡੇ, ਤੋਰ ਸ਼ਕੀਨਾਂ ਦੀ ਤੂੰ ਕੀ ਜਾਣਦੀ ਪੇਡੇ, ਤੋਰ ਸ਼ਕੀਨਾਂ ਦੀ ਬੀਕਾਨੇਰ ਤੋਂ ਬੋਤੀ ਲਿਆਂਦੀ ਖਾਚੇ ਨੋਟ 85, ਜਗਰਾਵਾਂ ਤੋਂ ਝਾਂਜਰ ਲਿਆਂਦੀ ਬਾਂਗਰ ਦੇਸ਼ ਤੋਂ ਕਾਠੀ, ਬਿਨ ਮਕਲਾਈਏ ਬਹਿ ਜਾ ਚੜ ਕੇ ਕੌਣ ਕਰੂਗਾ ਰਾਖੀ ਇੱਕ ਲੋਕਾਂ ਦੀ। ਆਹ 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 ਆਹ
ਦੇ ਚਾਂਦਣੀ ਹੋਇਆ ਕੁੱਪ ਹਨੇਰਾ ਚਾਰ ਕਪੂਣੀਆਂ ਰਹਿ ਗਈਆਂ ਕੱਤਣੋਂ ਕੰਥ ਮਾਰ ਗਿਆ ਗੇੜਾ ਦੱਸਦੀ ਕੁੜੀਆਂ ਨੂੰ ਅਰਬ ਪਰਾਉਣਾ ਮੇਰਾ ਦੱਸਦੀ ਕੁੜੀਆਂ ਨੂੰ ਅਰਬ ਪਰਾਉਣਾ ਮੇਰਾ ਦੱਸਦੀ ਕੁੜੀਆਂ ਨੂੰ ਹਾਂਜੀ ਹਾਂਜੀ ਟੱਪਣ ਲੱਗੇ ਦੇ ਕੰਡਾ ਵੱਜਿਆ ਬੈਠਾ ਦੇਵੇ ਦੁਹਾਈਆਂ ਹੁਣ ਨੀ ਸਿਆਣ ਦੀਆਂ ਜੋਰਾਂ ਨੂੰ ਪਰਜਾਈਆਂ ਹੁਣ ਨੀ ਸਿਆਣ ਦੀਆਂ ਜੋਰਾਂ ਨੂੰ ਪਰਜਾਈਆਂ ਹੁਣ ਨੀ ਸਿਆਣ ਦੀਆਂ ਹਾਂਜੀ 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 ਲਾ ਬੋੜੇ ਤੇ ਠੇਰਾ ਅੱਖ ਪੱਟ ਕੇ ਝਾਗ ਨੀ ਮੇਲੇ ਭਰਿਆ ਪਿਆ ਬੰਗੇਰਾ ਯਾਦ ਸ਼ੌਕ ਦਾ ਗੇੜਾ ਕਰੀਏ ਯਾਦ ਸ਼ੌਕ ਦਾ ਗੇੜਾ ਸ਼ਬਦ ਕਬੂਤਰੀਏ ਤਿੰਨੇ ਜਮਾ ਕੇ ਵੇਖ ਲੈ ਇਹਨਾਂ ਤਿੰਨਾਂ ਤੇ ਵਿਸ਼ਵਾਸ ਰਿਹਾ ਜੇ ਜੋਬ ਦੋਸਤੋ ਖੁਸਦੀ ਨਾ ਤੇ ਸਿਹਰਿਆਂ ਵਾਲੀ ਰੁਸਦੀ ਨਾ ਫਿਰ ਟਰੱਕ ਚਲਾਉਣ ਦੀ ਕੀ ਪਈ ਆ ਗੱਲ ਚੇਤੇ ਨਾ ਲਾਇਓ ਧਰਤੀ ਨਿਰਦਈ ਆ ਹਾਂਜੀ ਹਾਂਜੀ ਲੈ ਆਓ ਕਿਤੇ ਹੋਰ ਜੀ ਇੱਕ ਹੋਰ ਪਾ ਲਓ ਹਾਂਜੀ ਹਾਂਜੀ ਜ਼ਮਾਨਾ ਉਹ ਟਹਿਣੀਆਂ ਜਮਨ ਕੀ ਉਹ ਮੇਰਾ ਆਸ਼ੀਆਨਾ ਉਹ ਉੱਚੀ ਹਵਾ ਵੀ ਉੜਨਾ ਔਰ ਤਾਲੀਆਂ ਬਜਾਣਾ ਆਤਾ ਯਾਦ ਮੁਝਕੋ ਉਹ ਗੁਜ਼ਰਾ ਹੁਆ ਜ਼ਮਾਨਾ ਗੁਜਰੀ ਹੋਈ ਜ਼ਿੰਦਗੀ ਕਵੀ ਯਾਦ ਨਾ ਕਰ ਜੋ ਤਕਦੀਰ ਮੈਂ ਲਿਖਾ ਉਸਕੀ ਫਰਿਆਦ ਨਾ ਕਰ ਜੋ ਹੋਗਾ ਉਹ ਕਰ ਰਹੇਗਾ ਕੱਲ੍ਹ ਕੀ ਫਿਕਰ ਮੈਂ ਆਜ ਕੀ ਹਾਂਸੀ ਬਰਬਾਦ ਨਾ ਕਰ ਹੰਸ ਮਰਦੇ ਹੋਏ ਵੀ ਗਾਉਂਦਾ ਮੋਰ ਨੱਚਦੇ ਹੋਏ ਵੀ ਰੋਂਦਾ ਜ਼ਿੰਦਗੀ ਕਾ ਫੰਦਾ ਬੋਸ ਦੁੱਖਾਂ ਵਾਲੀ ਰਾਤ ਨੀਂਦ ਨਹੀਂ ਆਤੀ ਖੁਸ਼ੀ ਵਾਲੀ ਰਾਤ ਕੋਈ ਸੋਤਾ ਨਹੀਂ ਇੱਕ ਲਵ ਜੀ ਐਸੀ ਚੀਜ਼ ਆ ਜਾਂ ਤਾਂ ਇਨਸਾਨ ਦਿਲ ਮੇ ਉਤਰ ਜਾਤਾ ਜਾਂ ਦਿਲ ਸੇ ਉਤਰ ਜਾਤਾ ਮੁਝੇ ਆਜ ਵੀ ਯਾਦ ਆਪਣੋ ਕੋ ਭੂਲ ਪਾਨਾ ਯਹਾਂ ਯਾਰ ਯਾਦ ਨਾ ਆਏ ਤਾਂ ਨਾ ਹੀ ਕਿਸ ਕੰਮ ਕੀ ਜਾਂ ਵਿਗੜੇ ਰਿਸ਼ਤੇ ਨਾ ਬਣੇ ਤਾਂ ਖੁਦਾਈ ਕਿਸ ਕੰਮ ਕੀ ਬੇਸ਼ੱਕ ਆਪਣੀ ਮੰਜ਼ਿਲ ਪੇ ਜਾਣਾ ਜਹਾਂ ਦੋਸਤ ਨਾ ਦਿਖੇ ਤਾਂ ਫਿਰ ਉਚਾਈ ਕਿਸ ਕੰਮ ਕੀ ਨਸ਼ਾ ਮੁਹੱਬਤ ਦਾ ਹੋ ਜਾਂ ਫਿਰ ਸ਼ਰਾਬ ਦਾ ਹੋ ਜਾਂ ਫਿਰ ਦੋਸਤੀ ਦਾ ਹੋਸ਼ ਤਿੰਨੋਂ ਵੇ ਖੋ ਜਾਂਦੇ ਹਾਂ ਹਰ ਕਿਤਨਾ ਸ਼ਰਾਬ ਸਲਾ ਦਿੱਤੀ ਆ ਮੁਹੱਬਤ ਰਲਾ ਦਿੱਤੀ ਆ ਦੋਸਤੀ ਫਿਰ ਦੋਸਤੋਂ ਕੀ ਯਾਦ ਜਿਵੇਂ ਹੁਣ ਤੁਸੀਂ ਦੇਖਿਆ ਕਿ ਇਹ ਸਾਰੇ ਜਿਹੜੇ ਮੈਂਬਰਸ ਨੇ ਅਸੀਂ ਗਾਣੇ ਗਾਉਣ ਤੋਂ ਕਵਿਤਾ ਇਲਾਵਾ ਤੋਂ ਭੰਗੜਾ ਤੋਂ ਇਲਾਵਾ ਇਹ ਆਪਣੀ ਸਿਹਤ ਦਾ ਵੀ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਬੈਕਗਰਾਊਂਡ 'ਤੇ ਉਸ ਟਾਈਮ 'ਤੇ ਐਕਸਰਸਾਈਜ਼ਿੰਗ ਕਰ ਰਹੇ ਨੇ ਕਿਉਂਕਿ ਜਿਮ ਦੇ ਇਕਿਪਮੈਂਟਸ ਵੀ ਇਸ ਸੁਸਾਇਟੀ ਵਿੱਚ ਉਹਨਾਂ ਵੱਲੋਂ ਰੱਖੇ ਗਏ ਨੇ ਜਿਮ ਦੇ ਇਕਿਪਮੈਂਟਸ ਤੋਂ ਇਲਾਵਾ ਉਹ ਯੋਗਾ ਦੇ ਕਲਾਸਿਸ ਵੀ ਸਵੇਰੇ ਆ ਕੇ ਯੋਗਾ ਕਰਦੇ ਨੇ ਸੋ ਦੈਟ ਸਾਰੇ ਦਿਨ ਦੀ ਐਨਰਜੀ ਸਾਰੇ ਦਿਨ ਦੀ ਕਾਮਨੈਸ ਉਹ ਆਪਣੇ ਅੰਦਰ ਰੱਖ ਸਕਣ ਐਂਡ ਹਾਂਜੀ ਅੰਕਲ ਜੀ ਤੁਸੀਂ ਇੱਥੇ ਰੋਜ਼ ਯੋਗਾ ਕਰਨ ਆਉਂਦੇ ਹੋ ਹਾਂਜੀ ਮੇਰਾ ਨਾਮ ਕੁਲਵੰਤ ਕਾਲਰਾ ਹੈ ਆਈ ਐਮ ਇੰਸਟ੍ਰਕਟਰ ਆਲਸੋ ਓਵਰ ਹੇਅਰ ਅਲੋਂਗ ਵਿਦ ਕਰਨਲ ਉਮੇਸ਼ ਕੁਮਾਰ ਅੱਛਾ ਇਜ਼ ਕੁਆਲੀਫਾਈਡ ਐਂਡ ਆਲ ਦੈਟ ਐਂਡ ਰਿਟਾਇਰਡ ਵਨ ਸੋ ਵੀ ਕੰਡਕਟ ਯੋਗਾ ਕਲਾਸਿਸ ਡੇਲੀ ਫਰੋਮ 8:30 ਟੂ 10 ਮੰਡੇ ਟੂ ਫਰਾਈਡੇ and there are a lot of participants and now I am sitting in Padmasana and this position is called Jin Mudra and kinni cher to save position hold karni hundi hai is har different posture change karni pendi hai theek hai ji is position de vich assi different actions kar sakde hai for example Kapalbhati there is one action over here is assi we are to blow out through nose ਹਾਂਜੀ ਐਂਡ ਆਵਰ ਟਮੀ ਸ਼ੁਡ ਗੋ ਬੈਕ ਲਾਈਕ ਵੀ ਕੰਟੀਨਿਊ ਇਟ ਫਾਰ 5 ਮਿੰਟਸ ਐਂਡ ਇਟਸ ਅ ਵੈਰੀ ਗੁੱਡ ਐਕਸਰਸਾਈਜ਼ ਫਾਰ ਇੰਟੈਸਟਾਈਨਸ ਹਾਂਜੀ ਵੈਰੀ ਯੂਜ਼ਫੁਲ ਫਾਰ ਡਾਈਜੈਸ਼ਨ ਸਿਸਟਮ ਹਾਂਜੀ ਰਾਈਟ ਸੋ ਨਾਓ ਦੈਨ ਵੀ ਹੈਵ ਟੂ ਡੂ ਅਦਰ ਵਨ ਮੋਰ ਅ ਲਿਟਲ ਬਿਟ ਵਾਇਲੈਂਟ ਕੈਨ ਯੂ ਬਿਟ ਬੁੱਕ ਹਾਂਜੀ
So we call it Dhakuni. You must have seen in villages when they used to kaliya karde hi na pandya pan padakran dege utthe Dhakuni hundi hi unna ko. So is ch vi jinniya vi yoga diya na hege sare eh either animals or our traditions unna vich chale gaye. ਇਹਦੇ 'ਚ ਹੁਣ ਧਾਕੁਨੀ ਹੈ ਲਾਈਕ ਦਿਸ ਸੋ ਵੀ ਕਲੋਸ ਓਪਨ ਹੈਂਡਸ ਵਾਂਗ ਦਿਸ ਬੋਥ ਦਿਸ ਐਗਜ਼ੇਲਿੰਗ ਹੈਵ ਡਿਫਰੈਂਟ ਇਫੈਕਟਸ ਵੈਨ ਵੀ ਸੇ ਦਿਸ ਇਫੈਕਟਸ ਲੰਗਸ And when we, you see, some pressure goes to brain, your head, and vibrations in the head. So this is called, and then we have another of this way type. We call it Bhasrika. We go up, hands open, come down, exhaling, hands close. Hands up, inhaling, down, exhaling. Hundred times. Hundred times. ठीक है जी. Dhakuni also 100 times. हाँ जी. So it makes you physically strong, and your breathing process is very good. हाँ जी. You know it's great कि इन सारे नू जड़ी भी activity कर देने उन्हें बारे पूरी knowledge भी है कि कैडी activities किधर दे आसन देखे कि फायदे ने and you know health to the body. So it's actually great talking to you. Thank you so much. Thank you very much. I'm actually ਇੱਥੋਂ ਦੀ ਲਾਇਬ੍ਰੇਰੀ ਦੇ ਅੰਦਰ ਐਂਟਰ ਕਰ ਰਹੀ ਹਾਂ ਕਿ ਐਂਡ ਮੈਂ ਇੱਥੇ ਦੇਖ ਵੀ ਸਕਦੀ ਹਾਂ ਕਿ ਇਸ ਟਾਈਮ 'ਤੇ ਕਾਫੀ ਸਾਰੀਆਂ ਬੁੱਕਸ ਜੋ ਕਿ ਇੱਥੇ ਪਈਆਂ ਹੋਈਆਂ ਨੇ ਪੁਰਾਣੀਆਂ ਧਾਰਮਿਕ ਜਾਂ ਪੁਰਾਣੀਆਂ ਜੀਵਨੀਆਂ ਨੂੰ ਲੈ ਕੇ ਔਰ ਡਿਫਰੈਂਟ ਡਿਫਰੈਂਟ ਟਾਈਪ ਆਫ ਬੁੱਕਸ ਜਿਹੜੀਆਂ ਇੱਥੇ ਪਈਆਂ ਨੇ ਦੈਟਸ ਗ੍ਰੇਟ ਥਿੰਗ ਕਿ ਹਰ ਇੱਕ ਐਕਟੀਵਿਟੀ ਤੋਂ ਇਲਾਵਾ ਆਪਣੇ ਬ੍ਰੇਨ ਨੂੰ ਵੀ ਫਿਰ ਨਾਵਲਸ ਵੀ ਹੈਗੇ ਨੇ ਕਵਿਤਾ ਵੀ ਹੈਗੀ ਆ ਸਿੱਖ ਧਰਮ ਦੂਜੇ ਧਰਮ ਦੀਆਂ ਬੁੱਕਸ ਵੀ ਇੱਥੇ ਰਿਲੇਟਡ ਰੱਖੀਆਂ ਹੋਈਆਂ ਨੇ ਇਤਿਹਾਸ ਜੀਵਨੀਆਂ ਸਿੱਖ ਧਰਮ ਅਤੇ You know, it's a great thing and sare tusi jane books padde ho and it's a pleasure hai na punjabi bhasha de naal naal hor vi bhashaon vich books rakhiyan hoyan ne taaki jehdi jinne vi language book padni hai pad sakde ne mere back side te vi books paiyan hoyan ne urdu vich books paiyan ne political hindi vich books paiyan hoyan ne so any language that you want to read you can so har ik sahulat da pura dhyan rakhya gaya hai and bahut vadhiya uprala bahut vadhiya information jo ki inna books rahe sade sare members le lende ne yes 1980 de vich apni itthe community bahut ghat si gi kuch 10 15 hum khayal buzurg veer ikatthe ho ke oh kise na kise di basement de vich baith ke apna taash khedde hoye apna samay bitit karde si ਜਿਸ ਤਰ੍ਹਾਂ ਆਪਣਾ ਸੁਭਾਅ ਕਿ ਜਦੋਂ ਪੰਜ ਚਾਰ ਵੀਰ ਇਕੱਠੇ ਬਹਿੰਦੇ ਆ ਅਤੇ ਉਹਨਾਂ ਦੀ ਆਵਾਜ਼ ਕੁਛ ਨਾ ਕੁਛ ਉੱਚੀ ਹੋ ਜਾਂਦੀ ਹੈ ਉਹ ਵਾਸੂ ਘਰ ਦੇ ਵਿੱਚ ਜਿਹੜੀ ਹੈਗੀ ਆ ਉਹ ਠੀਕ ਨਹੀਂ ਸੀ ਲੱਗਦੀ ਸੋ ਫਿਰ ਉਹਨਾਂ ਨੇ ਸੋਚਿਆ ਕਿ ਆਪਾਂ ਕੋਈ ਇਹੋ ਜਿਹੀ ਸੰਸਥਾ ਬਣਾਈਏ ਜਿਸ ਦੇ ਨਾਲ ਕਿ ਹੋਰ ਵੀ ਮੈਂਬਰ ਇਕੱਠੇ ਹੋ ਕੇ ਆਪਾਂ ਕਿਤੇ ਨਾ ਕਿਤੇ ਕੋਈ ਜਗ੍ਹਾ ਕਿਰਾਏ 'ਤੇ ਲੈ ਕੇ ਉੱਥੇ ਬੈਠਿਆ ਕਰੀਏ ਸੋ ਉਹਨਾਂ ਨੇ ਆਪਦੀ ਸੋਚ ਮੁਤਾਬਕ ਇਸ ਸੁਸਾਇਟੀ ਦਾ ਨਾਮ ਮੈਲਬਰਨ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਰੱਖਿਆ ਅਤੇ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਦਿਨ 'ਤੇ 23 ਮਾਰਚ 1983 ਨੂੰ ਇਸ ਸੁਸਾਇਟੀ ਦੀ ਰਜਿਸਟ੍ਰੇਸ਼ਨ ਕਰਵਾਈ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਉਹਨਾਂ ਦੇ ਨਾਲ ਹੋਰ ਮੈਂਬਰ ਜੁੜਦੇ ਗਏ ਜੁੜਦੇ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਕਮਰਾ ਲੈ ਕੇ ਆਪਦਾ ਜਿਹੜਾ ਹੈਗਾ ਉਹ ਟਾਈਮ ਪਾਸ ਕਰਨਾ ਸ਼ੁਰੂ ਕੀਤਾ ਇਸੇ ਤਰ੍ਹਾਂ ਕੁਛ ਸਾਲ ਨਿਕਲ ਗਏ ਉਸ ਤੋਂ ਬਾਅਦ 97 ਸਟਰੀਟ 'ਤੇ 47 ਐਵਨਿਊ 'ਤੇ ਗੁਰਦੁਆਰਾ ਸ੍ਰੀ ਗੁਰੂ ਸੰਗਤ ਸਭਾ ਸੀਗੀ ਉਸ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਉੱਥੇ ਇੱਕ ਉੱਪਰਲੀ ਛੱਤ 'ਤੇ ਕਮਰਾ ਦੇ ਦਿੱਤਾ ਅਤੇ ਉਹ ਕਈ ਸਾਲ ਉੱਥੇ ਆਪਦਾ ਸਮਾਂ ਲੰਘਾਉਂਦੇ ਰਹੇ ਉਸੇ ਦੌਰਾਨ ਉਹਨਾਂ ਨੇ ਸਾਰੀ ਕਮਿਊਨਿਟੀ ਦੇ ਵਿੱਚੋਂ ਜਾ ਕੇ ਕਿ ਜਿਸਨੇ ਕਿਸੇ ਨੇ $20 ਦਿੱਤੇ ਕਿਸੇ ਨੇ 50 ਦਿੱਤੇ ਕਿਸੇ ਨੇ 100 ਦਿੱਤੇ ਇਸੇ ਤਰ੍ਹਾਂ ਡੋਨੇਸ਼ਨ ਇਕੱਠੀ ਕਰਕੇ ਪੈਦਲ ਜਾ ਕੇ ਕਿਉਂਕਿ ਉਹਨਾਂ ਦੇ ਕੋਲ ਇੰਨੇ ਬਹੁਤੇ ਟਰਾਂਸਪੋਰਟ ਦੀ ਸੁਵਿਧਾ ਨਹੀਂ ਸੀਗੀ ਗਰਮੀ ਸਰਦੀ ਦੇ ਵਿੱਚ ਵੀ ਪੈਦਲ ਜਾ ਕੇ ਉਹਨਾਂ ਨੇ ਡੋਨੇਸ਼ਨ ਇਕੱਠੀ ਕਰਕੇ ਤਕਰੀਬਨ ਉਹਨਾਂ ਨੇ 47,000 ਇਕੱਠਾ ਕਰਕੇ ਇਸ ਬਿਲਡਿੰਗ ਦੀ ਜਿਹੜੀ ਹੈਗੀ ਆ ਲਾਟ ਖਰੀਦੀ ਲਾਟ ਖਰੀਦਣ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਹੈਗਾ ਗੌਰਮੈਂਟ ਦੇ ਵਿੱਚ ਅਪਰੋਚ ਕੀਤੀ ਮਿਨਿਸਟਰਾਂ ਤੱਕ ਜਾਣ ਦੇ ਰਾਹ ਲੱਭੇ
ਕੋਈ ਵਿੱਚ ਸੱਜਣ ਹੋਰ ਕੁਛ ਇੱਦਾਂ ਦੇ ਮਿਲ ਗਏ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਅਤੇ ਗਵਰਨਮੈਂਟ ਤੋਂ ਗ੍ਰਾਂਟ ਮਿਲ ਗਈ ਅਤੇ ਗ੍ਰਾਂਟ ਮਿਲਣ ਦੇ ਨਾਲ ਜਿਹੜੀ ਹੈਗੀ ਹੈ ਇਹ ਬਿਲਡਿੰਗ 1990 ਦੇ ਵਿੱਚ ਬਣਨੀ ਸ਼ੁਰੂ ਹੋਈ ਅਤੇ 91 ਦੇ ਵਿੱਚ ਪੂਰੀ ਹੋ ਗਈ। 1991 ਦੇ ਵਿੱਚ ਇਹ ਸੁਸਾਇਟੀ ਫਿਰ ਇੱਥੇ ਆ ਕੇ ਸਾਰਾ ਆਪਣਾ ਕੰਮ ਕਾਰ ਇਹਨਾਂ ਨੇ ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਫਿਰ ਇਸ ਸੁਸਾਇਟੀ ਨੂੰ ਚਲਾਉਣ ਦੇ ਖਾਤਰ ਜਿਹੜੀ ਹੈਗੀ ਉਹਨਾਂ ਦੀ ਪਹਿਲਾਂ ਹੀ ਕੰਸਟੀਟਿਊਸ਼ਨ ਉਹਨਾਂ ਨੇ ਘੜਿਆ ਹੋਇਆ ਸੀਗਾ। ਉਸ ਕੰਸਟੀਟਿਊਸ਼ਨ ਦੇ ਮੁਤਾਬਕ ਜਿਹੜੀ ਐਗਜ਼ੈਕਟਿਵ ਕਮੇਟੀ ਸੀਗੀ ਉਹਦੇ ਵਿੱਚ ਪ੍ਰੈਜੀਡੈਂਟ, ਵਾਈਸ ਪ੍ਰੈਜੀਡੈਂਟ, ਸੈਕਟਰੀ, ਜੁਆਇੰਟ ਸੈਕਟਰੀ, ਅਸਿਸਟੈਂਟ ਸੈਕਟਰੀ, ਟ੍ਰੇਜਰਰ, ਅਸਿਸਟੈਂਟ ਟ੍ਰੇਜਰਰ ਅਤੇ 3 ਡਾਇਰੈਕਟਰ ਲਏ ਜਾਂਦੇ ਸੀਗੇ। ਇਸ ਦੇ ਨਾਲ ਜਿਹੜੀ ਹੈਗੀ ਹੈ ਜਿਹੜੀ ਇਹ ਐਗਜ਼ੈਕਟਿਵ ਦੀ ਸੈਟਅਪ ਆ ਇਹਦੇ ਵਿੱਚ ਮੈਂ ਇਹ ਵੀ ਹੁਣ ਦੱਸਣਾ ਜ਼ਰੂਰੀ ਚਾਹਾਂਗਾ ਕਿ 1983 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਨਵੀਂ ਕਮੇਟੀ ਦੀ ਮੀਟਿੰਗ ਹੁੰਦੀ ਹੈ ਕਦੇ ਵੀ ਇਲੈਕਸ਼ਨ ਨਹੀਂ ਹੋਈ। ਹਰ ਵਾਰ ਸਰਬਸੰਮਤੀ ਦੇ ਨਾਲ ਜਿਹੜੀ ਹੈਗੀ ਆ ਕਮੇਟੀ ਚੁਣੀ ਜਾਂਦੀ ਆ। ਇਸ ਦੇ ਲਈ ਮੈਂ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਵਧਾਈ ਦਿੰਦਾ, ਤਾਂ ਕਿ ਉਮੀਦ ਕਰਦਾ ਹਾਂ ਕਿ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਜਿਹੜੀ ਹੈਗੀ ਆ ਸਰਬਸੰਮਤੀ ਦੇ ਨਾਲ ਸੁਸਾਇਟੀ ਬਣਦੀ ਰਹੇਗੀ ਅਤੇ ਚੱਲ ਕੰਮਕਾਰ ਚੱਲਦਾ ਰਹੇਗਾ। ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਕਮੇਟੀ ਦੇ ਜਿਹੜੀ ਐਗਜ਼ੈਕਟਿਵ ਕਮੇਟੀ ਬਣਦੀ ਆ ਉਸ ਦੇ ਉੱਤੇ ਵੀ ਕੰਸਟੀਟਿਊਸ਼ਨ ਦੇ ਵਿੱਚ ਕੁਛ ਲਿਮਿਟੇਸ਼ਨਸ ਲਾਈਆਂ ਗਈਆਂ ਨੇ। ਫਾਈਨੈਂਸ਼ੀਅਲ ਲਿਮਿਟੇਸ਼ਨ ਦੇ ਵਿੱਚ ਆ ਜਾਂਦਾ ਹੈ ਕਿ ਜਿਹੜੀ ਵਰਕਿੰਗ ਐਗਜ਼ੈਕਟਿਵ ਕਮੇਟੀ ਹੈ ਉਹ ਇੱਕ ਸਮੇਂ 'ਤੇ 2000 ਤੋਂ ਜ਼ਿਆਦਾ ਪੈਸਾ ਨਹੀਂ ਖਰਚ ਸਕਦੀ ਇੱਕ ਚੀਜ਼ ਦੇ ਉੱਤੇ। ਜੇ ਉਹਨਾਂ ਨੂੰ ਇਸ ਤੋਂ ਜ਼ਿਆਦਾ ਖਰਚਣਾ ਪੈਂਦਾ ਤਾਂ ਉਹ ਹਾਊਸ ਦੀ ਜਨਰਲ ਬਾਡੀ ਮੀਟਿੰਗ ਦੇ ਵਿੱਚੋਂ ਪਾਸ ਕਰਾਉਣਾ ਪੈਂਦਾ। ਜੇ ਇਮੀਡੀਏਟ ਕੋਈ ਖਰਚਣਾ ਪੈਂਦਾ ਤਾਂ ਉਹ ਖਰਚ ਸਕਦੇ ਨੇ ਅਤੇ ਉਹ ਉਸਦੀ ਅਪਰੂਵਲ ਜਿਹੜੀ ਹੈਗੀ ਆ ਨੈਕਸਟ ਜਨਰਲ ਬਾਡੀ ਮੀਟਿੰਗ ਦੇ ਵਿੱਚ ਜਿਹੜੀ ਹੈਗੀ ਆ ਕਰਾਈ ਜਾ ਉਹਦੀ ਅਪਰੂਵਲ ਲਈ ਜਾਂਦੀ ਹੈ। ਅਤੇ ਜਿਹੜਾ ਐਗਜ਼ੈਕਟਿਵ ਕਮੇਟੀ ਦਾ ਆਪ ਦਾ ਵਰਕਿੰਗ ਹੈ ਉਹਨਾਂ ਨੂੰ ਮਹੀਨੇ ਦੇ ਵਿੱਚ ਇੱਕ ਦਫ਼ਾ ਆਪਣੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਕਰਨੀ ਪੈਂਦੀ ਹੈ। ਉਹਦੇ ਵਿੱਚ ਜਿਹੜੇ ਖਜ਼ਾਨਚੀ ਸਾਹਿਬ ਨੇ ਉਹ ਮਹੀਨੇ ਦੀ ਆਮਦਨ ਅਤੇ ਖਰਚੇ ਦਾ ਵੇਰਵਾ ਦਿੰਦੇ ਆ ਅਤੇ ਕਮੇਟੀ ਤੋਂ ਪਾਸ ਕਰਵਾਉਂਦੇ ਆ। ਅਤੇ ਜਿਹੜੀ ਜਨਰਲ ਬਾਡੀ ਦੀ ਮੀਟਿੰਗ ਹੈ ਉਹ ਹਰ 3 ਮਹੀਨਿਆਂ ਬਾਅਦ ਹੁੰਦੀ ਆ ਅਤੇ ਉਹ 3 ਤਿਮਾਹੀ ਮੀਟਿੰਗ ਦੇ ਵਿੱਚ ਜਿਹੜੇ ਖਜ਼ਾਨਚੀ ਸਾਹਿਬ ਨੇ ਉਹ 3 ਮਹੀਨਿਆਂ ਦੀ ਆਮਦਨ ਅਤੇ ਖਰਚੇ ਦਾ ਵੇਰਵਾ ਦਿੰਦੇ ਆ ਅਤੇ ਹਾਊਸ ਤੋਂ ਉਹਦੀ ਅਪਰੂਵਲ ਕਰਵਾਉਂਦੇ ਆ। ਅਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਸਾਡੇ ਇਹ ਹੈ ਕਿ ਜਿੰਨੇ ਵੀ ਚਾਹੇ ਕੋਈ ਧਾਰਮਿਕ ਲੀਡਰ ਹੈ, ਚਾਹੇ ਕੋਈ ਪੋਲੀਟੀਕਲ ਲੀਡਰ ਹੈ, ਚਾਹੇ ਉਹ ਲੋਕਲ ਆ, ਚਾਹੇ ਇੰਡੀਆ ਤੋਂ ਆਉਂਦੇ ਆ, ਉਹ ਉੱਥੇ ਆਇਆਂ ਨੂੰ ਜੀਆਂ ਆਖਦੇ ਆ, ਉਹਨਾਂ ਨੂੰ ਬੋਲਣ ਵਾਸਤੇ ਟਾਈਮ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪਦੇ ਬਾਰੇ ਗੱਲ ਕਰੋ, ਆਪਦੀ ਸੰਸਥਾ ਬਾਰੇ ਗੱਲ ਕਰੋ, ਆਪਦੀ ਪਾਰਟੀ ਬਾਰੇ ਗੱਲ ਕਰੋ ਅਤੇ ਜਿਹੜੀ ਕੋਈ ਦੂਸਰੀ ਹੈਗੀ ਆ ਉਸ ਦੇ ਬਾਰੇ ਕੋਈ ਨੁਕਤਾਚੀਨੀ ਨਹੀਂ ਉਹ ਕਰ ਸਕਦੇ। ਅਤੇ ਇਸ ਦੇ ਨਾਲ ਨਾਲ ਦੂਸਰੀ ਇਹ ਹੈ ਕਿ ਜਿਸ ਤਰ੍ਹਾਂ ਪਹਿਲਿਆਂ ਸਮਿਆਂ ਦੇ ਵਿੱਚ ਕੁਛ ਇੱਥੇ ਆਪਣੇ ਧਾਰਮਿਕ ਲੀਡਰ ਆਉਂਦੇ ਸੀ ਕੋਈ ਕਿਸੇ ਡੇਰੇ ਤੋਂ, ਕੋਈ ਕਿਸੇ ਗੁਰੂ ਜਗ੍ਹਾ ਤੋਂ, ਉਹ ਆ ਕੇ ਡੋਨੇਸ਼ਨ ਮੰਗਦੇ ਸੀਗੇ ਕਿਉਂਕਿ ਅਸੀਂ ਇੱਥੇ ਜਿਹੜੀ ਹੈਗੀ ਹੈ ਇਹ ਕਲਚਰਲ ਸੁਸਾਇਟੀ ਹੈ, ਇੱਥੇ ਹਰ ਖਿਆਲ ਦਾ ਬੰਦਾ ਆਉਂਦਾ। ਉਹ ਬਜ਼ੁਰਗਾਂ ਨੇ ਇਹ ਸੋਚਿਆ ਕਿ ਇਸ ਚੀਜ਼ ਨੂੰ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ। ਉਹਨਾਂ ਨੇ ਇਹ ਕੰਸਟੀਟਿਊਸ਼ਨ ਦੇ ਵਿੱਚ ਲਿਖਤਾ ਕਿ ਕੋਈ ਵੀ ਆਉਂਦਾ ਉਹ ਇੱਥੇ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਡੋਨੇਸ਼ਨ ਨਹੀਂ ਮੰਗ ਸਕਦਾ ਅਤੇ ਨਾ ਹੀ ਕੋਈ ਹੋਰ ਚੀਜ਼ ਤਿਕਰ ਕਰ ਸਕਦਾ ਅਤੇ ਨਾ ਹੀ ਕੋਈ ਬਾਹਰਲੀ ਸੁਸਾਇਟੀ ਵਾਲਾ ਇੱਥੇ ਸਾਡੀ ਸੁਸਾਇਟੀ ਦੇ ਵਿੱਚ ਆ ਕੇ ਕੋਈ ਆਪਣੀ ਮੈਂਬਰਸ਼ਿਪ ਬਣਾ ਸਕਦਾ। ਅਤੇ ਦੂਸਰੇ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜੇ ਕਿਤੇ ਵੀ ਕਨੇਡਾ 'ਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਜਿੰਨੇ ਵੀ ਸਾਡੇ ਸੁਸਾਇਟੀ ਦੇ ਮੈਂਬਰ ਨੇ ਉਹ ਬੜੇ ਖੁੱਲ੍ਹਦਿਲੀ ਦੇ ਨਾਲ ਡੋਨੇਸ਼ਨ ਦਿੰਦੇ ਆ ਅਤੇ ਅਸੀਂ ਉਹ ਕਦੇ ਰੈੱਡ ਕਰਾਸ ਨੂੰ ਦਿੰਦੇ ਹਾਂ, ਕਦੇ ਕਿਸੇ ਇਸੇ ਤਰ੍ਹਾਂ ਉਹ ਡੋਨੇਸ਼ਨ ਜਿਹੜੀ ਹੈਗੀ ਆ ਉਹ ਜਿੱਥੇ ਚਾਹੀਦੀ ਹੁੰਦੀ ਆ ਉੱਥੇ ਪਹੁੰਚ ਜਾਂਦੀ ਆ। ਅਤੇ ਇਹਦੇ ਨਾਲ ਨਾਲ ਦੂਸਰਾ ਜਿਹੜਾ ਹੈਗਾ ਇੱਕ ਸਾਡਾ ਰੈਗੂਲਰ ਫੀਚਰ ਬਣਾਇਆ ਹੋਇਆ ਕਿ ਹਰ ਸਾਲ ਕੈਂਸਰ ਰਿਸਰਚ ਆਫ ਅਲਬਰਟਾ ਦਾ ਸੈਂਟਰ ਹੈ ਇੱਥੇ ਉਹ, ਅਤੇ ਇੱਕ ਦੂਸਰਾ ਯੂਨੀਵਰਸਿਟੀ ਹੋਸਪਿਟਲ ਦੇ ਵਿੱਚ ਜਿਹੜਾ ਗੁਰੂ ਨਾਨਕ ਹੀਲਿੰਗ ਗਾਰਡਨ ਬਣਿਆ
ਉਸ ਨੂੰ ਸਾਲ ਦੇ ਸਾਲ $500 $500 ਦੋਨਾਂ ਸੰਸਥਾਵਾਂ ਨੂੰ ਅਸੀਂ ਡੋਨੇਸ਼ਨ ਵਜੋਂ ਦਿੰਦੇ ਹਾਂ। ਅਤੇ ਜਿਹੜੇ ਦੂਸਰੀਆਂ ਹੈਗੀਆਂ ਕਿ ਇੱਥੇ ਸਾਰਿਆਂ ਨੂੰ ਵੱਡੀ ਅਸੀਂ ਰਿਸਟ੍ਰਿਕਸ਼ਨ ਇਹ ਵੀ ਲਾਈ ਹੋਈ ਹੈ ਕਿ ਕੋਈ ਵੀ ਮੈਂਬਰ ਸੁਸਾਇਟੀ ਟਾਈਮ ਦੇ ਵਿੱਚ ਜਿਹੜਾ ਹੈਗਾ ਸ਼ਰਾਬ ਪੀ ਕੇ ਇੱਥੇ ਸਾਡੀ ਸੁਸਾਇਟੀ ਦੇ ਵਿੱਚ ਨਹੀਂ ਆ ਸਕਦਾ। ਅਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਜਿਹੜੀ ਹੈਗੀ ਆ ਵੀ ਉਹਨਾਂ ਦੀ ਸਿਹਤ ਚੰਗੀ ਰਹੇ, ਉਹ ਤੰਦਰੁਸਤ ਰਹਿਣ, ਜੇ ਤੰਦਰੁਸਤ ਰਹਿਣਗੇ ਤਾਂ ਹੀ ਇੱਥੇ ਆਉਣਗੇ। ਅਤੇ ਉਹਨਾਂ ਦੇ ਲਈ ਅਸੀਂ ਜਿਹੜੇ ਹੈਗੇ ਨੇ ਸੈਮੀਨਾਰ ਕਰਾਏ ਜਾਂ ਕਰਵਾਉਂਦੇ ਹਾਂ ਡਾਕਟਰਾਂ ਨੂੰ ਸੱਦ ਕੇ, ਜਿਹਦੇ ਵਿੱਚ ਕਿ ਉਹਨਾਂ ਨੂੰ ਖਾਣਾ ਆਪਦੇ ਖਾਣ ਪੀਣ ਬਾਰੇ ਦੱਸਦੇ ਨੇ ਅਤੇ ਸਿਹਤ ਸੰਬੰਧੀ ਦੱਸਦੇ ਨੇ। ਅਤੇ ਨਾਲ ਦੀ ਨਾਲ ਹੈਗਾ ਜਿਹੜਾ ਹੈਗਾ ਕਿ ਯੋਗਾ ਕਲਾਸਿਸ ਵੀ ਚਲਾਈਆਂ ਜਾਂਦੀਆਂ ਨੇ ਤਾਂ ਕਿ ਆਪਦੇ ਜਿਹਨਾਂ ਨੂੰ ਕੋਈ ਸ਼ੌਕ ਆ ਉਹ ਯੋਗਾ ਕਲਾਸ ਅਟੈਂਡ ਕਰਕੇ ਆਪ ਤੰਦਰੁਸਤ ਰਹਿ ਸਕਦਾ। ਅਤੇ ਨਾਲ ਦੀ ਨਾਲ ਐਕਸਰਸਾਈਜ਼ ਇਕਿਊਪਮੈਂਟ ਵੀ ਰੱਖੇ ਹੋਏ ਨੇ, ਉਹ ਜਿਹਦਾ ਚਿੱਤ ਕਰਦਾ ਉਹ ਆ ਜਾ ਕੇ ਉਹਨਾਂ 'ਤੇ ਆਪਣੀ ਐਕਸਰਸਾਈਜ਼ ਕਰ ਲੈਂਦਾ। ਅਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਸਾਲ ਦੇ ਵਿੱਚ ਇੱਕ ਦਫ਼ਾ ਵਾਕ ਫਾਰ ਹੈਲਥ ਐਂਡ ਫਨ ਦਾ ਆਯੋਜਨ ਕਰਦੇ ਹਾਂ, ਜਿਹਨਾਂ ਦਾ ਕਿ ਜਿਸਦਾ ਕਿ ਜਿਹੜਾ ਹੈਗਾ ਚਾਰਟ ਇੱਧਰ ਆਪਣੇ ਦੀਵਾਰ 'ਤੇ ਲੱਗਿਆ ਹੋਇਆ, ਉਸ ਦੇ ਵਿੱਚ ਕਮਿਊਨਿਟੀ ਦੇ ਸਹਿਯੋਗ ਨਾਲ ਇਹ ਚਲਾਇਆ ਜਾਂਦਾ। ਉਹਦੇ ਵਿੱਚ ਕਾਫ਼ੀ ਵੱਡੀ ਤਾਦਾਦ ਦੇ ਵਿੱਚ ਹਰੇਕ ਕਮਿਊਨਿਟੀ ਦੇ ਮੈਂਬਰ ਆ ਕੇ ਹਿੱਸਾ ਲੈਂਦੇ ਨੇ। ਉਹਦੇ ਵਿੱਚ ਅਸੀਂ ਡਿਫਰੈਂਟ ਟਾਈਪ ਦੇ ਜਿਹੜੇ ਸਲੋ ਪਲੈ ਕਾਰਡ ਨੇ ਉਹਨਾਂ 'ਤੇ ਸਲੋਗਨ ਲਿਖੇ ਹੋਏ ਨੇ, ਉਹ ਵਲੰਟੀਅਰ ਲੈ ਕੇ ਉਸ ਦੇ ਵਿੱਚ ਚੱਲਦੇ ਨੇ। ਅਤੇ ਉਸ ਜਿਹੜੀ ਹੈਗੀ ਆ ਈਵੈਂਟ ਵਾਸਤੇ ਵੀ ਸਾਨੂੰ ਭਾਈਚਾਰੇ ਕੋਲੋਂ ਕਾਫ਼ੀ ਡੋਨੇਸ਼ਨ ਮਿਲਦੀ ਹੈ। ਇਸ ਦੇ ਨਾਲ ਨਾਲ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹਾਂਗਾ ਕਿ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦੀਆਂ ਉਹਨਾਂ ਦੇ ਪਰਿਵਾਰ ਇਸ ਸੁਸਾਇਟੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਜਦੋਂ ਕੋਈ ਵੀ ਮੈਂਬਰ ਦੀ ਡੈਥ ਹੋ ਜਾਂਦੀ ਆ ਤਾਂ ਉਹਦੇ ਪਰਿਵਾਰ ਵਾਲੇ ਸਾਨੂੰ ਇਸ ਸੁਸਾਇਟੀ ਬਾਰੇ ਕਾਫ਼ੀ ਡੋਨੇਸ਼ਨ ਦਿੰਦੇ ਆ, ਜਿਹਦੇ ਵਿੱਚੋਂ ਕਿ ਮੈਂ ਇਹ ਦੋ ਜਿਹੜੀਆਂ ਹੈਗੀਆਂ ਦੱਸਣਾ ਚਾਹਾਂਗਾ। ਸਾਡੇ ਮੈਂਬਰ ਸੀਗੇ ਮਹਿੰਦਰ ਸਿੰਘ ਜੀ ਖਾਵੜਾ, ਜਦੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਬਾਅਦ ਉਹਨਾਂ ਦੇ ਲੜਕਿਆਂ ਨੇ ਸਾਨੂੰ $3,000 ਦਿੱਤਾ ਕਿ ਉਹਨਾਂ ਦੇ ਨਾਂ 'ਤੇ ਇੱਥੇ ਕੋਈ ਨਾ ਕੋਈ ਚੀਜ਼ ਲਿਆ ਕੇ ਰੱਖੋ। ਅਤੇ ਅਸੀਂ ਉਹ $3,000 ਦੀ ਇੱਕ ਬੜੀ ਵਧੀਆ TV ਜਿਹੜੀ ਕਿ ਇਸ ਵੇਲੇ ਚੱਲ ਰਹੀ ਆ ਉਹ ਲਿਆਂਦੀ। ਤਕਰੀਬਨ ਡੇਢ ਕੁ ਪੌਣੇ ਦੋ ਸਾਲ ਬਾਅਦ ਉਹਨਾਂ ਦੀ ਧਰਮ ਪਤਨੀ ਦੀ ਡੈਥ ਹੋ ਗਈ, ਤਾਂ ਫਿਰ ਉਹਨਾਂ ਦੇ ਲੜਕਿਆਂ ਨੇ ਜਿਹੜਾ ਹੈਗਾ ਸਾਨੂੰ ਆ ਕੇ ਕਿਹਾ ਵੀ ਅਸੀਂ ਆਪਣੀ ਮਦਰ ਦੀ ਯਾਦ ਦੇ ਵਿੱਚ ਵੀ ਕੋਈ ਡੋਨੇਸ਼ਨ ਦੇਣੀ ਚਾਹੁੰਦੇ ਹਾਂ। ਤਾਂ ਅਸੀਂ ਇੱਕ ਪੂਲ ਟੇਬਲ ਲਿਆ ਕੇ ਉਹਦੇ 'ਤੇ ਉਹਨਾਂ ਦਾ ਡੋਨੇਟਡ ਬਾਈ ਲੇਟ ਮਹਿੰਦਰ ਕੌਰ ਖਾਵੜਾ ਉਹਦੇ 'ਤੇ ਲਗਵਾ ਕੇ ਰੱਖਿਆ ਹੋਇਆ, ਜਿਹੜਾ ਕਿ ਕੋਈ ਬਾਹਰਲਾ ਬੰਦਾ ਆਉਂਦਾ ਉਸਨੂੰ ਦੇਖ ਕੇ ਇਹ ਦੇਖਦਾ ਵੀ ਹਾਂ ਵੀ ਕਿਸੇ ਨਾ ਕਿਸੇ ਨੇ ਇਹ ਜਿਹੜੇ ਹੈਗਾ ਡੋਨੇਟ ਕੀਤਾ ਹੋਇਆ। ਇਸੇ ਤਰ੍ਹਾਂ ਹੋਰ ਵੀ ਸਾਡੇ ਕਈ ਜਿਹੜੇ ਹੈਗੇ ਨੇ ਮੈਂਬਰਾਂ ਦੇ ਪਰਿਵਾਰ, ਉਹਨਾਂ ਦੇ ਵਿੱਚੋਂ ਵੀ ਗਾਹੇ ਵਗਾਹੇ ਡੋਨੇਸ਼ਨ ਆਉਂਦੀ ਰਹਿੰਦੀ ਹੈ। ਅਤੇ ਜਦ ਵੀ ਕਿਸੇ ਨੂੰ ਕੋਈ ਕਹੀਦਾ ਕਿ ਫਲਾਨੀ ਚੀਜ਼ ਸਾਨੂੰ ਚਾਹੀਦੀ ਹੈ ਤਾਂ ਉਹ ਹੱਸ ਕੇ ਕਹਿੰਦੇ ਹਾਂਜੀ ਲੈ ਆਓ, ਅਤੇ ਬਿੱਲ ਜਿੰਨਾ ਹੋਊਗਾ ਸਾਨੂੰ ਉਹ ਦੱਸ ਦਿਓ, ਅਸੀਂ ਉਹਨਾਂ ਦਾ ਚੈੱਕ ਦੇ ਦੇਵਾਂਗੇ। ਅਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਕੁਛ ਸਾਡੇ ਮੈਂਬਰ ਜਿਹੜੇ ਹੈਗੇ ਨੇ ਉਹ ਸਫਾਈ ਦਾ ਵੀ ਬਹੁਤ ਧਿਆਨ ਰੱਖਦੇ ਨੇ। ਸਿਟੀ ਕਲੀਨ ਸਿਟੀ ਪ੍ਰੋਜੈਕਟ ਜਿਹੜਾ ਕਿ ਐਡਮਿੰਟਨ ਸਿਟੀ ਨੇ ਚਲਾਇਆ ਹੋਇਆ, ਉਸ ਦੇ ਤਹਿਤ ਅੰਦਰ ਸਾਡੀ ਸੁਸਾਇਟੀ ਦੇ ਤਕਰੀਬਨ 30-35 ਮੈਂਬਰ ਹਰ ਸਾਲ ਮਈ ਦੇ ਵਿੱਚ 17 ਸਟਰੀਟ ਤੋਂ 50 ਸਟਰੀਟ ਤੱਕ ਇੱਕ ਕਰੀਕ ਚੱਲਦਾ ਉਸ ਦੀ ਸਫਾਈ ਕਰਦੇ ਨੇ। ਅਤੇ ਉਸ ਤੋਂ ਬਾਅਦ ਜਦੋਂ ਸਾਲਾਨਾ ਨਗਰ ਕੀਰਤਨ ਹੁੰਦਾ ਉਹ ਮਿਲਵਡ ਰੋਡ 'ਤੇ ਚੱਲਦੇ ਆ, ਅਤੇ ਸਾਡੇ ਮੈਂਬਰ ਕੁਛ 5-7 ਇਕੱਠੇ ਹੋ ਕੇ ਇਹ ਸੁਸਾਇਟੀ ਦੀ ਬਿਲਡਿੰਗ ਜਿਹੜੀ ਕਿ 48 ਸਟਰੀਟ 'ਤੇ 15 ਐਵਨਿਊ ਦੇ ਇੰਟਰਸੈਕਸ਼ਨ 'ਤੇ ਹੈ, ਇੱਥੋਂ ਲੈ ਕੇ ਮਿਲਵਡ ਰੋਡ 'ਤੇ 23 ਐਵਨਿਊ ਇੰਟਰਸੈਕਸ਼ਨ ਤੱਕ ਉਹ ਦੋਨਾਂ ਪਾਸਿਆਂ ਦੀ ਸਫਾਈ ਕਰਦੇ ਆ, ਤਾਂ ਕਿ ਸਿਟੀ ਵਾਲੇ ਇਹ ਨਾ ਕਹਿਣ ਕਿ ਜਿਹੜੀ ਇਹ ਕਮਿਊਨਿਟੀ ਨੇ ਜਿਹੜਾ ਹੈਗਾ ਆਪਣਾ ਗੰਦ ਖਿਲਾ ਰਿਹਾ ਹੋਇਆ ਉਹ ਕਿਸੇ ਨੇ ਚੱਕਿਆ ਨਹੀਂ। ਸੋ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਬਹੁਤ ਚੀਜ਼ਾਂ ਜਿਹੜੀਆਂ ਸਾਡੀ ਸੁਸਾਇਟੀ ਕਰਨਾ ਚਾਹੁੰਦੀ ਆ ਔਰ ਉਹ ਬੜੇ ਖੁੱਲ੍ਹੇ ਦਿਲ ਦੇ ਨਾਲ ਕਰਦੇ ਨੇ।
ਅਸੀਂ ਸੁਸਾਇਟੀ ਦੇ ਜਿਹੜੇ ਹੈਗੇ ਆ ਚਾਰ ਫੰਕਸ਼ਨ ਹਰ ਸਾਲ ਕਰਦੇ ਹਾਂ। ਉਹਦੇ ਵਿੱਚ ਪਹਿਲਾ ਹੈ ਕਿ 23 ਮਾਰਚ ਵਾਲੇ ਦਿਨ ਜੇ ਐਤਵਾਰ ਹੋਵੇ ਤਾਂ ਉਸ ਦਿਨ, ਜੇ ਉਹ 23 ਮਾਰਚ ਤੋਂ ਬਾਅਦ ਐਤਵਾਰ ਆਉਂਦਾ ਤਾਂ ਉਸ ਦਿਨ ਅਸੀਂ ਜਿਹੜਾ ਹੈਗਾ ਸੁਸਾਇਟੀ ਦਾ ਫਾਊਂਡਿੰਗ ਡੇ ਮਨਾਉਂਦੇ ਹਾਂ। ਉਹਦੇ ਵਿੱਚ ਲੋਕਲ ਪੋਲੀਟੀਕਲ ਲੀਡਰਸ ਅਤੇ ਆਪਣੇ ਕਮਿਊਨਿਟੀ ਦੇ ਮੈਂਬਰ ਵੀ ਆ ਕੇ ਉਸ ਫੰਕਸ਼ਨ ਦੇ ਵਿੱਚ ਇਕੱਠੇ ਹੁੰਦੇ ਆ ਅਤੇ ਆਪੋ ਆਪਣੇ ਵਿਚਾਰ ਉਹ ਸਾਂਝੇ ਕਰਦੇ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਕੈਨੇਡਾ ਡੇ ਦਾ ਫੰਕਸ਼ਨ ਹੁੰਦਾ, ਉਹਦੇ ਵਿੱਚ ਅਸੀਂ ਵੀ ਸਾਰੇ ਹੀ ਆਪਣੇ ਐਮ ਪੀਜ਼ ਅਤੇ ਐਮ ਐਲ ਏ ਨੂੰ ਇਨਵਾਈਟ ਕਰਦੇ ਹਾਂ ਅਤੇ ਕਮਿਊਨਿਟੀ ਮੈਂਬਰਸ ਨੂੰ ਇਨਵਾਈਟ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਟਾਈਮ ਹੁੰਦਾ। ਗੁਰੂ ਘਰਾਂ ਦੇ ਜਿਹੜੇ ਸੇਵਾ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਇਨਵਾਈਟ ਕਰੀਦਾ, ਜਿਹੜੀਆਂ ਆਪਣੀਆਂ ਸੰਸਥਾਵਾਂ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਨੂੰ ਇਨਵਾਈਟ ਕਰੀਦਾ। ਜਿਨ੍ਹਾਂ ਜਿਨ੍ਹਾਂ ਦੇ ਕੋਲ ਟਾਈਮ ਹੁੰਦਾ ਉਹ ਆ ਕੇ ਸਾਡੇ ਫੰਕਸ਼ਨ ਦੀ ਰੌਣਕ ਵਧਾਉਂਦੇ ਆ ਅਤੇ ਉਸ ਦੇ ਵਿੱਚ ਜਿੰਨੇ ਵੀ ਲੀਡਰ ਆਏ ਹੁੰਦੇ ਆ ਉਹਨਾਂ ਨੂੰ ਬੋਲਣ ਦਾ ਟਾਈਮ ਦਿੱਤਾ ਜਾਂਦਾ ਅਤੇ ਉਹ ਆਪੋ ਆਪਣੇ ਵਿਚਾਰ ਸਾਰੇ ਆਡੀਅੰਸ ਦੇ ਨਾਲ ਜਿਹੜੇ ਹੈਗੇ ਨੇ ਉਹ ਸਾਂਝੇ ਕਰਦੇ ਨੇ। ਉਸ ਦੇ ਨਾਲ ਜਿਹੜਾ ਇੱਕ ਹੋਰ ਪ੍ਰੋਗਰਾਮ ਹੈ ਉਹ ਅਸੀਂ ਤਕਰੀਬਨ ਪਿਛਲੇ 4 ਸਾਲ ਤੋਂ ਸ਼ੁਰੂ ਕੀਤਾ, ਉਹਦਾ ਨਾਂ ਰੱਖਿਆ ਅਸੀਂ ਜੱਗ ਜਿਉਂਦਿਆਂ ਦੇ ਮੇਲੇ। ਉਹ ਜੱਗ ਜਿਉਂਦਿਆਂ ਦਾ ਮੇਲਾ ਨਾਂ ਇਸ ਕਰਕੇ ਰੱਖਿਆ ਕਿ ਅਕਤੂਬਰ ਦੇ ਵਿੱਚ ਜਾਂ ਨਵੰਬਰ ਸ਼ੁਰੂ ਦੇ ਵਿੱਚ ਇੱਥੋਂ ਕੁਝ ਸਾਡੇ ਮੈਂਬਰ ਸਰਦੀਆਂ ਦੇ ਵਿੱਚ ਪੰਜਾਬ ਜਾਂਦੇ ਨੇ, ਉਹਨਾਂ ਨੂੰ ਵਿਦਾਈ ਦੇ ਤੌਰ 'ਤੇ ਅਸੀਂ ਉਹ ਪ੍ਰੋਗਰਾਮ ਰੱਖਿਆ ਕਿ ਤਾਂ ਕਿ ਉਹ ਖੁਸ਼ੀ ਖੁਸ਼ੀ ਜਾਣ ਉੱਥੇ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਮਿਲਣ ਜੁਲਣ ਅਤੇ ਆਪਣਾ ਜਿਹੜਾ ਹੈਗਾ ਸਮਾਂ ਚੰਗਾ ਬਿਤਾਉਣ। ਆਪਣੇ ਸਿਆਲ ਦੇ ਵਿੱਚ ਉੱਥੇ ਮੱਕੀ ਦੀ ਰੋਟੀ, ਸਰੋਂ ਦਾ ਸਾਗ ਬਹੁਤ ਹੁੰਦਾ, ਉਹਦਾ ਆਨੰਦ ਮਾਣਨ ਅਤੇ ਖੁਸ਼ੀ ਖੁਸ਼ੀ ਵਾਪਸ ਆਉਣ। ਅਤੇ ਫਿਰ ਜਦੋਂ ਉਹ ਵਾਪਸ ਆ ਜਾਂਦੇ ਆ ਤਾਂ ਮਈ ਮਹੀਨੇ ਦੇ ਵਿੱਚ ਉਸਦਾ ਫਿਰ ਪ੍ਰੋਗਰਾਮ ਰਚਿਆ ਜਾਂਦਾ ਤਾਂ ਕਿ ਉਹਨਾਂ ਨੂੰ ਜੀ ਆਇਆ ਆਖਿਆ ਜਾਵੇ ਕਿ ਪਰਮਾਤਮਾ ਦਾ ਸ਼ੁਕਰ ਆ ਕਿ ਉਹ ਆਪਦਾ ਉੱਥੇ ਸਮਾਂ ਬਹੁਤ ਵਧੀਆ ਨੰਘਾ ਕੇ ਬੜੇ ਖੁਸ਼ੀ ਖੁਸ਼ੀ ਵਾਪਸ ਆ ਗਏ ਨੇ ਅਤੇ ਸਾਡੇ ਆਪਣੇ ਸੁਸਾਇਟੀ ਦੇ ਪਰਿਵਾਰ ਦੇ ਵਿੱਚੋਂ ਵਾਪਸ ਆ ਕੇ ਆਪਦਾ ਅਗਲਾ ਜੀਵਨ ਸਫ਼ਰ ਚੰਗੀ ਤਰ੍ਹਾਂ ਨਿਭਾਉਣ। ਸੋ ਇਹ ਸੀਗੀ ਜੀ ਮਿਲਵੁੱਡਸ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ। ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੈਨੂੰ ਅੱਜ ਇਸ ਸੁਸਾਇਟੀ ਵਿੱਚ ਆ ਕੇ ਇਹਨਾਂ ਨਾਲ ਟਾਈਮ ਸਪੈਂਡ ਕਰਕੇ। ਆਪਾਂ ਨੂੰ ਫੀਲ ਹੋਇਆ ਕਿ ਬਹੁਤ ਹੀ ਖੁੱਲ੍ਹੇ ਦਿਲ ਨਾਲ ਆਪਣੀ ਜ਼ਿੰਦਗੀ ਨੂੰ ਇਹ ਜਿਉਂਦੇ ਨੇ ਅਤੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਟਾਈਮ ਸਪੈਂਡ ਕਰਦੇ ਨੇ, ਚਾਹੇ ਉਹ ਪੂਲ ਗੇਮਸ ਹੋ ਗਈਆਂ, ਚਾਹੇ ਉਹ ਤਾਸ਼ ਜਾਂ ਸੀਟ ਦੀ ਬਾਜ਼ੀ ਹੋ ਗਈ, ਮਿਊਜ਼ਿਕ ਸੁਣਦੇ ਨੇ, ਥੱਲੇ ਜਿਮ ਦੇ ਇਕਵਿਪਮੈਂਟਸ ਵੀ ਹੈਗੇ ਨੇ, ਯੋਗਾ ਕਰਦੇ ਨੇ ਐਂਡ ਥੋੜ੍ਹੇ ਅੰਦਰ ਚਾਹ ਦਾ ਟਾਈਮ ਵੀ ਹੁੰਦਾ। ਸੋ ਯੂ ਨੋ ਚਾਹ ਬ੍ਰੇਕ ਆਪਾਂ ਪੰਜਾਬੀ ਨੂੰ ਚਾਹ ਜ਼ਰੂਰ ਚਾਹੀਦੀ ਹੁੰਦੀ ਆ। ਸੋ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਕਿ ਇੱਕ ਵਧੀਆ ਤਰੀਕੇ ਨਾਲ ਆਪਣੇ ਟਾਈਮ ਨੂੰ, ਆਪਣੇ ਦਿਨ ਨੂੰ ਸਪੈਂਡ ਕਰਦੇ ਨੇ, ਕਿਉਂਕਿ ਜੇ ਉਹਨਾਂ ਕੋਲ ਕੁਛ ਹੋਰ ਕਰਨ ਨੂੰ ਨਹੀਂ ਹੈਗਾ, ਘਰੇ ਬਹਿਣ ਦੀ ਬਜਾਏ ਉਹ ਇੱਥੇ ਆ ਕੇ ਆਪਣੇ ਹੋਰ ਯਾਰ ਦੋਸਤ ਬਣਦੇ ਨੇ, ਆਪਣੀਆਂ ਫੀਲਿੰਗਸ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ। ਸੋ ਲੋਟ ਆਫ ਥਿੰਗਸ ਟੂ ਡੂ ਐਂਡ ਸੋ ਇਹ ਸੀਗੀ ਜੀ ਮਿਲਵੁੱਡਸ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਪੀਪਲ ਐਂਡ ਵਿਲ ਸੀ ਯੂ ਨੈਕਸਟ ਟਾਈਮ। ਥੈਂਕ ਯੂ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੋਗਾ ਬਈ, ਉਰਲੇ ਪਾਸੇ ਢਾਬ ਸੁਣੀਦੀ, ਉਰਲੇ ਪਾਸੇ ਢਾਬ ਸੁਣੀਦੀ, ਪਹਿਲੇ ਪਾਸੇ ਡੋਬਾ ਲੱਗ ਤੇਰਾ ਪਤਲਾ ਜਿਹਾ, ਭਾਰ ਸੈਡ ਨਾ ਜੋਗਾ ਲੱਗ ਤੇਰਾ ਪਤਲਾ ਜਿਹਾ, ਭਾਰ ਸੈਡ ਨਾ ਜੋਗਾ ਲੱਗ ਤੇਰਾ ਪਤਲਾ ਜਿਹਾ। ਬਹੁਤ ਵਧੀਆ ਜੀ, ਬਹੁਤ ਵਧੀਆ।